ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕੌਮ ਦੇ ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਵੀ ਪੰਥ ਦੇ ਵਿੱਚ ਬਹੁਤ ਮਸਲੇ ਆਉਂਦੇ ਆ, ਉਹਨਾਂ ਨੂੰ ਲੈ ਕੇ ਆਵਾਜ਼ ਕੌਮ ਹਮੇਸ਼ਾ ਹੀ ਕੋਈ ਨਾ ਕੋਈ ਸ਼ਖਸੀਅਤ ਨੂੰ ਲੈ ਕੇ ਉਹਤੇ ਡਿਬੇਟ ਕਰਦਾ ਹੈ। ਤੇ ਅੱਜ ਵੀ ਅਸੀਂ ਜਿਹੜੇ ਪੰਥ ਦੇ ਮਸਲੇ ਆ ਉਹਨਾਂ ਨੂੰ ਲੈ ਕੇ, ਖਾਸ ਤੌਰ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਸ਼ਖਸੀਅਤ ਜੋਤੀ ਜੋਤ ਸਮਾਉਣ ਬਾਰੇ, ਜੋ ਇੰਗਲੈਂਡ ਤੋਂ ਨਿਰਵੈਰ ਖਾਲਸਾ ਦੇ ਹਰਿੰਦਰ ਸਿੰਘ ਨੇ ਬੋਲ ਕਬੋਲ ਬੋਲੇ ਉਹ, ਤੇ ਦੂਸਰਾ ਪੰਜਾਬ ਦੇ ਵਿੱਚ ਜਿਹੜਾ 22 ਤਰੀਕ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਬੁਲਾਇਆ ਗਿਆ ਸੀ, ਉਹਨਾਂ ਨੇ ਜਿਹੜਾ ਉਹਦੇ ਤੋਂ ਜਾਣ ਤੋਂ ਨਾਂਹ ਕਰ ਦਿੱਤੀ ਆ, ਤੇ ਹੋਰ ਅਨੇਕਾਂ ਗੱਲਾਂ ਜਿਹੜੀਆਂ ਪੰਥ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਰੇ, ਜਾਂ ਅਕਾਲ ਤਖ਼ਤ ਤੇ ਕਬਜ਼ਾ ਕਿਹਦਾ ਆ, ਕੰਟਰੋਲ ਕਿਹਦਾ ਆ, ਅਕਾਲ ਤਖ਼ਤਾਂ ਦੀ ਜਿਹੜੀ ਸਰਵਉੱਚਤਾ ਆ, ਉਹ ਸਾਰੇ ਮਸਲਿਆਂ ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਹਨ ਭਾਈ ਬਸੰਤ ਸਿੰਘ ਜੀ, ਪੰਜ ਹੱਥਾਂ ਫਰਾਂਸ ਤੋਂ। ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਭਾਈ ਸਾਹਿਬ ਜੀ ਆਇਆਂ ਕਹਿੰਦੇ ਆ ਆਵਾਜ਼ ਕੌਮ ਟੀਵੀ ਤੇ, ਜਿਵੇਂ ਕਿ ਆਪਾਂ ਜਾਣਦੇ ਹਾਂ ਵੀ ਮਸਲੇ ਤਾਂ ਬਹੁਤ ਆ, ਆਪਾਂ ਤਰਤੀਬ ਦੇ ਵਿੱਚ ਲਵਾਂਗੇ। ਸਭ ਤੋਂ ਪਹਿਲਾਂ ਕਿ ਜਿਹੜੇ ਕੌਮ ਦੇ ਵਿੱਚ ਪਹਿਲਾਂ ਹੀ ਜਿੱਦਾਂ ਕੌਮ ਨੂੰ ਕਾਫੀ ਜਿੱਦਾਂ ਜਿਹੜੀ ਆਪਣੀ ਸ਼ਖਸੀਅਤ ਲਈ, ਆਪਣੀ ਆਜ਼ਾਦ ਹਸਤੀ ਲਈ ਜੱਦੋਜਹਿਦ ਕਰਨੀ ਪੈ ਰਹੀ ਹੈ, ਪਰ ਇਹਦੇ ਬਿਟ ਵੀ ਨਹੀਂ ਜਿਹੜੇ ਪ੍ਰਚਾਰਕ ਆ ਉਹਨਾਂ ਨੇ, ਮਤਲਬ ਇਸ ਵੇਲੇ ਪਿਛਲੇ 3-4 ਸਾਲਾਂ ਤੋਂ ਐਸਾ ਗੰਧਲਾ ਕੀਤਾ ਹੋਇਆ ਸਮਾਜ ਨੂੰ ਜਾਂ ਸਿੱਖ ਪੰਥ ਨੂੰ, ਕਿ ਸਿੱਖ ਸੋਚਣ ਲਈ ਮਜਬੂਰ ਹੋ ਰਿਹਾ ਕਿ ਮੈਂ ਜਾਵਾਂ ਤੇ ਕਿੱਥੇ ਜਾਵਾਂ। ਜਿਵੇਂ ਕਿ ਆਪਾਂ ਇਹ ਕਹਿ ਲਈਏ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, 550 ਸਾਲ ਹੋ ਗਿਆ ਹੁਣੇ ਆਪਾਂ ਮਨਾ ਕੇ ਹਟੇ ਹਾਂ, ਉਹਨਾਂ ਨੂੰ ਲੈ ਕੇ ਇੱਥੇ ਕੱਲ ਦਾ ਜੰਮਿਆ ਹੋਇਆ, ਮਤਲਬ ਆਪਾਂ ਕਹੀਏ ਨੌਜਵਾਨ ਜਿਹੜਾ ਇੱਥੇ ਇੰਗਲੈਂਡ ਦਾ ਜੰਮਿਆ ਹੋਇਆ, ਤੇ ਉਹ ਤਰਕ ਕਰ ਰਿਹਾ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਡਨੈਪ ਕਰ ਲਿਆ ਹੋਊਗਾ, ਉਹਨਾਂ ਦਾ ਕਤਲ ਕਰ ਦਿੱਤਾ ਹੋਊਗਾ, ਪਤਾ ਨੀ ਕੀ ਹੋਇਆ, ਦੱਸਿਆ ਕੁੱਝ ਹੋਰ ਹੈ, ਹੋਇਆ ਕੁੱਝ ਹੋਰ ਹੈ, ਇਹੋ ਜਿਹੀਆਂ ਗੱਲਾਂ ਕੀਤੀਆਂ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਸਭ ਤੋਂ ਪਹਿਲੋਂ ਭਾਈ ਸਾਹਿਬ ਜੀ, ਤੁਹਾਡੇ ਚੈਨਲ ਨੂੰ ਵੇਖ ਰਹੀਆਂ ਸਮੁੱਚੀਆਂ ਸੰਗਤਾਂ ਨੂੰ ਤੇ ਤੁਹਾਨੂੰ ਤੇ ਤੁਹਾਡੇ ਚੈਨਲ ਦੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਸੋ ਅੱਜ ਜਿਹੜਾ ਮੈਂ ਵੀ ਵੀਡੀਓ ਸੁਣੀਆਂ ਨੇ, ਮੇਰੇ ਮਨ ਨੂੰ ਵੀ ਬੜੀ ਠੇਸ ਪਹੁੰਚੀ ਏ ਤੇ ਮੇਰਾ ਬੜਾ ਦੁਖੀ ਹੋਇਆ। ਉਸ ਤੋਂ ਬਾਅਦ ਇਹਦੀ ਵੀਡੀਓ ਵੀ ਸੁਣੀ ਹੈ ਤੇ ਜੋ ਅੱਜ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪਾਈ ਏ ਉਹ ਵੀ ਮੈਂ ਸਾਰੀ ਸੁਣੀ ਏ। ਠੀਕ ਹੈ, ਤੇ ਆਪਾਂ ਨੂੰ ਇਹ ਵੀ ਸੁਣਨੀ ਚਾਹੀਦੀ ਵੀ ਗੱਲ ਉਹਦੇ ਵਿੱਚੋਂ ਨਿਕਲਦਾ ਕੀ ਏ। ਪਰ ਦੁੱਖ ਤੇ ਇਸ ਗੱਲ ਦਾ ਹੈ ਕਿ ਜਿਸ ਬੰਦੇ ਨੂੰ ਇਤਿਹਾਸ ਦਾ ਪਤਾ ਹੀ ਨਹੀਂ, ਪਹਿਲੇ ਨੰਬਰ ਤੇ ਸਿੱਖ ਧਰਮ ਜਿਹੜਾ ਇਹ ਤਰਕ ਦਾ ਧਰਮ ਨਹੀਂ ਹੈ, ਇਹ ਸਿੱਖ ਧਰਮ ਜਿਹੜਾ ਇਹ ਸ਼ਰਧਾ ਦਾ ਧਰਮ ਹੈ। ਹਾਂਜੀ, ਕਿਉਂਕਿ ਗੁਰਬਾਣੀ ਵਿੱਚ ਆਉਂਦਾ ਵੀ ਗੋਬਿੰਦ ਭਾਉ ਭਗਤ ਕਾ ਭੁੱਖਾ। ਤੇ ਇਹ ਜੋ ਗੁਰੂ ਸਾਹਿਬ ਨੇ ਜੋ ਇੱਕ ਨਾਲੇ ਅੱਜ ਜੇ ਅਸੀਂ ਤਰਕ ਕਰਨ ਲੱਗ ਗਏ ਹਾਂ, ਜਿਸ ਬੰਦੇ ਨੂੰ ਇਤਿਹਾਸ ਦਾ ਪਤਾ ਹੀ ਨੀਗਾ, ਇਹਨੂੰ ਗੁਰਬਾਣੀ ਦੇ ਉੱਤੇ, ਗੁਰੂਆਂ ਦੇ ਇਤਿਹਾਸ ਦੇ ਉੱਤੇ, ਇੱਕ ਦੇ ਉੱਤੇ ਕਿੰਤੂ, ਦੋ ਦੇ ਉੱਤੇ ਕਿੰਤੂ, ਉਸਦਾ ਜਿਹੜਾ ਐਡਾ ਵੱਡਾ ਇਤਿਹਾਸ ਹੈ ਗੁਰੂਆਂ ਸਾਹਿਬ ਦੇ, ਏਡੇ ਏਡੇ ਕੌਤਕ ਨੇ ਜਿਹੜੇ, ਕਿਉਂਕਿ ਅੱਜ ਇਹ ਜਿਹੜੇ ਨੇ ਗੁਰੂ ਸਾਹਿਬ ਨੂੰ ਇੱਕ ਆਮ ਇਨਸਾਨ ਸਮਝ ਕੇ ਉਹਦੇ ਨਾਲ ਮਿਲਾ ਕੇ, ਕਿਉਂਕਿ ਇਹਨਾਂ ਦੇ ਪਿੱਛੇ ਬੜੀ ਵੱਡੀ ਸ਼ਕਤੀ ਕੰਮ ਕਰ ਰਹੀ ਹੈ ਤੇ ਜਾਂ ਇਹਨਾਂ ਦਾ ਆਪਣਾ ਜਿਹੜਾ ਦਿਮਾਗ ਹੈ ਉਹ ਖਰਾਬ ਹੋ ਗਿਆ। ਠੀਕ ਹੈ, ਕਿਉਂਕਿ ਇਹਦਾ ਮਤਲਬ ਇਹ ਨਿਕਲਦਾ ਵੀ ਜੇ ਇਤਿਹਾਸ ਜਿਹੜਾ ਇਹ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਪਾਤਸ਼ਾਹ ਤੋਂ ਲੈ ਲਓ, ਭਾਈ ਜੇ ਤੇ ਹੁਣ ਇਹਨੇ ਆਉਂਦੇ ਵੀ ਇਹਨਾਂ ਦੀਆਂ ਗੱਲਾਂ ਅਸੀਂ ਸੁਣੀਏ ਤੇ ਫਿਰ ਤੇ ਭਾਈ ਸਾਹਿਬ ਜੀ ਸਾਰਾ ਜਿੰਨਾ ਹੈਗਾ ਸਾਰੇ ਇਤਿਹਾਸ ਹੀ ਖਤਮ ਕਰ ਦੇਣਾ ਚਾਹੀਦਾ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੇ ਪਹਿਲੇ ਪਾਤਸ਼ਾਹ ਉਹਦੇ ਵਿੱਚ ਭਾਈ ਜਿਹੜੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਉਹਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆਖਿਆ ਉਹਦੇ ਵਿੱਚ।
ਠੀਕ ਹੈ। ਖਿਤਾਬ ਦਿੱਤਾ ਹੈ, ਕਿਉਂਕਿ ਉਹਨਾਂ ਨੂੰ ਪੜ੍ਹ ਕੇ ਅਸੀਂ ਹਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੋਚ ਹੈ ਉਹ ਜਿਹੜੇ ਉਹਦੇ ਵਿੱਚ ਉਹਨੂੰ ਆਪਾਂ ਅੱਗੇ ਵੱਧ ਸਕਦੇ ਹਾਂ। ਠੀਕ ਤੇ ਹੈ ਭਾਈ ਸਾਹਿਬ ਇਹ ਆਂਦੇ ਵੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਹਾਂ ਜਦੋਂ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਕਿਹਾ ਆਪ ਨਰਾਇਣ, ਆਪ ਪਰਮਾਤਮਾ ਪਰਮੇਸ਼ਰ, ਆਪ ਜਿਹੜਾ ਨਰਾਇਣ ਕਲਾ ਧਾਰ ਆਪ ਪਰਵਰਿਆ, ਵੀ ਉਹਨਾਂ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੱਦ ਜਗ ਚਾਨਣ ਹੋਆ। ਹਾਂਜੀ ਜਦੋਂ ਗੁਰੂ ਸਮਰੱਥ ਸਤਿਗੁਰ ਮੇਰਾ ਮਾਰਜ ਵਾਲੇ, ਇਹ ਆਂਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਸਮਟੀ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਾਣੀ ਕਹਿੰਦੇ ਸਤਿਗੁਰ ਮੇਰਾ ਮਾਰਜ ਵਾਲੇ, ਪ੍ਰਭ ਭਾਵ ਹੈ ਬਿਨ ਸਾਸ ਤੇ ਰਾਖੇ। ਇਹ ਗੁਰਬਾਣੀ ਦੇ ਵਿੱਚੋਂ ਮੈਂ ਦਲੀਲ ਦੇ ਰਿਹਾ, ਮੈਂ ਆਪਣੇ ਕੋਲੋਂ ਕੋਈ ਗੱਲ ਨੀ ਕਰਨੀ ਚਾਹੁੰਦਾ, ਠੀਕ ਹੈ, ਕਿਉਂਕਿ ਅਸੀਂ ਗੱਲ ਸਾਨੂੰ ਸਭ ਦੀ ਸੁਣਨੀ ਚਾਹੀਦੀ ਹੈ ਤੇ ਵਿਚਾਰ ਤੇ ਆਪਾਂ ਨੂੰ ਫਿਰ ਗੱਲ ਦਲੀਲ ਨਾਲ ਹੋਣੀ ਚਾਹੀਦੀ, ਜੇ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗੀਆਂ। ਹਾਂ ਤੇ ਫਿਰ ਤੇ ਤੁਸੀਂ ਵੇਖੋ ਵੀ ਜੇ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਭਾਈ ਮੂਲੇ ਖੱਤਰੀ ਜਿਹੜੀ ਜਿਹੜਾ ਸੀ ਉਹ ਜਿਹੜਾ ਉਹਨਾਂ ਦੇ ਉਹਨਾਂ ਦਾ ਸੇਵਕ ਸੀ, ਜਦੋਂ ਗੁਰੂ ਤੁਹਾਨੂੰ ਅੱਗੇ ਮੈਂ ਜ਼ਿਆਦਾ ਇਹਦੇ ਬਾਰੇ ਨਾ ਦੱਸਾਂ, ਤੇ ਉਹ ਜਦੋਂ ਘਰਦਿਆਂ ਨੇ ਉਹਨੂੰ ਜਵਾਬ ਦੇ ਦਿੱਤਾ ਤੇ ਉਹਨੂੰ ਗੂਰੇ ਦੇ ਵਿੱਚ ਲਗੋ ਤਾ ਥਾਪੀਆਂ ਵਿੱਚ, ਉਹਨਾਂ ਝੂਠ ਮਾਰਿਆ ਵੀ ਇਹਨੂੰ ਸੱਪ ਲੜ ਗਿਆ। ਤੇ ਉਹ ਜਦੋਂ ਵਾਕਈ ਜਦੋਂ ਗੁਰੂ ਸਾਹਿਬ ਨੂੰ ਉਹਨਾਂ ਨੇ ਇਹ ਗੱਲ ਆਖੀ ਤੇ ਹਾਏ ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਨੀ ਸਨ ਭੇਜਣਾ ਚਾਹੁੰਦੇ, ਪਰ ਸੱਪ ਲੜ ਗਿਆ, ਫਿਰ ਉਹ ਸੱਚ ਉਹਨਾਂ ਦੀ ਜ਼ਬਾਨ ਜਿਹੜੀ ਸੱਚੀ ਹੋਈ ਤੇ ਗੁਰੂ ਸਾਹਿਬ ਦੇ ਫਿਰ ਉਹਨਾਂ ਤਰਲੇ ਕੀਤੇ ਵੀ ਹੁਣ ਇਹਨੂੰ ਜਿੰਦਾ ਕਰੋ। ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਇਹਦਾ ਆਧਾਰ ਹੁਣ 10ਵੇਂ ਪਜਾਮੇ ਵਿੱਚ ਜਾ ਕੇ ਕਰਾਂਗੇ ਹੋਵੇਗਾ। ਹਾਂ ਤੇ ਜਾ ਕੇ ਨਾਨਕ ਝੀਰਾ ਬਿਦਰ ਜਿੱਥੇ ਉੱਥੇ ਉਹਨਾਂ ਦਾ ਮੂਲੇ ਖੱਤਰੀ ਦਾ ਆਧਾਰ ਨਹੀਂ ਕੀਤਾ ਸਹਿਦ ਦੀ ਜੂਨ ਦੇ ਵਿੱਚੋਂ। ਇਹ ਤਾਂ ਆਪਣੇ ਬਸੰਤ ਸਿੰਘ ਜੀ, ਇਹ ਤਾਂ ਜਿਹੜੀ ਤੁਸੀਂ ਜਿੱਦਾਂ ਮੂਲੇ ਖੱਤਰੀ ਦੀ ਵੀ ਜਿਹੜੀ ਸਾਖੀ ਦੱਸੀ ਆ ਜਾਂ ਹੋਰ ਵੀ ਸਾਖੀਆਂ ਆਉਣੀਆਂ, ਇਹ ਤਾਂ ਕਹਿੰਦੇ ਮਤਲਬ ਪੰਜਾ ਸਾਹਿਬ ਨੀ, ਮਤਲਬ ਜਿੱਥੇ ਉੱਥੇ ਗੁਰੂ ਮਹਾਰਾਜ ਦਾ ਆਪਣਾ ਜਿਹੜਾ ਉਹਨਾਂ ਦੇ ਹੱਥ ਲੱਗੇ ਹੋਏ ਆ ਜਿਹਨੂੰ ਆਪਾਂ ਪੰਜਾ ਸਾਹਿਬ ਕਹਿੰਦੇ ਹਾਂ, ਉਹਨੂੰ ਵੀ ਕਹਾਣੀਆਂ। ਇਹ ਤੇ ਸਿੱਖ ਕੌਮ ਨੇ ਵੇਖਣਾ ਵੀ ਇਹ ਜਿਹੜੇ ਸਾਡੇ ਦੁਸ਼ਮਣ ਬਣ ਕੇ ਸਾਡੇ ਗੁਰੂ ਘਰਾਂ ਨੂੰ ਜਿਹੜੇ ਖਤਮ ਕਰ ਰਹੇ ਨੇ, ਅਸੀਂ ਕਿਹੜੇ ਪਾਸੇ ਤੋਰਨਾ ਕਿ ਅਸੀਂ ਭੇਡਾਂ ਬਣ ਕੇ ਇਹਨਾਂ ਨੇ ਇਹਨਾਂ ਦੇ ਗੱਲਾਂ ਸੁਣੀ ਜਾਣੀਆਂ ਨੇ। ਤੇ ਦੂਜੇ ਨੰਬਰ ਦੇ ਉੱਤੇ ਮੈਂ ਤੁਹਾਨੂੰ ਹੋਰ ਗੱਲ ਦੱਸਣਾ, ਜੇ ਗੁਰੂ ਸਾਹਿਬ ਜਿਹੜੇ ਨੇ ਉਹ ਜੇ ਮ੍ਰਿਤਕ ਉਹ ਜਵਾਲਣ ਹਾਰ ਤੇ ਫਿਰ ਉਹਨਾਂ ਦੇ ਉੱਤੇ ਅਸੀਂ ਆਖੇ ਵੀ ਉਹਨਾਂ ਨੂੰ ਕਿਡਨੈਪ ਕੀਤਾ ਗਿਆ ਜਾਂ ਉਹਨਾਂ ਦੇ ਕੀ ਬਣਿਆ, ਇਹ ਸਾਡਾ ਸਵਾਲ ਨਹੀਂ। ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਪਿਓ ਦਾ ਪੁੱਤ ਦਾ ਕੀ ਮਤਲਬ ਹੈ ਪਿਓ ਦੇ ਉੱਤੇ ਉੱਠ ਕੇ ਕਿੰਤੂ ਪਰੰਤੂ ਕਰੇ? ਉਹ ਕਹਿੰਦਾ ਜੀ ਮੈਂ ਮਤਲਬ ਮੈਂ ਆਪਣੇ ਵਿਚਾਰ ਦਿੱਤੇ, ਜਿਹੜਾ ਉਹ ਤੋਂ ਬਾਅਦ ਸਪਸ਼ਟੀਕਰਨ ਵੀ ਦਿੱਤਾ ਹੈ ਨਾ, ਕਹਿੰਦਾ ਮੈਂ ਆਪਣੇ ਵਿਚਾਰ ਦਿੱਤੇ। ਉਹ ਸਭ ਜਿਹੜਾ ਨਾ ਉੱਥੋਂ ਚੱਲਦੀ ਹੈ ਜੋ ਕੁਝ, ਇਹ ਅੱਜ ਰਣਜੀਤ ਸਿੰਘ ਨੇ ਵੀ ਉਹਦਾ ਜ਼ਿਕਰ ਕੀਤਾ, ਟੰਡਰੀਆਂ ਵਾਲੇ ਨੇ ਵੀ ਭਈ ਆ ਜੀ ਉਹਨੇ ਇਸ ਤਰ੍ਹਾਂ। ਮੇਰੀ ਗੱਲ ਸੁਣੋ, ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਉਹਦੇ ਉੱਤੇ ਸ਼ੰਕੇ ਖੜੇ ਕਰਨ ਲੱਗ ਪਏ ਹਾਂ ਤੇ ਗੁਰੂ ਦੇ ਉੱਤੇ, ਤੇ ਫਿਰ ਵੀ ਅਸੀਂ ਫਿਰ ਇਹ ਕਿਵੇਂ ਉਹਦੀ ਗੁਰੂ ਗ੍ਰੰਥ ਸਾਹਿਬ ਦੀ ਬਹਿ ਕੇ ਆਉਂਦੇ ਨੇ ਭਈ ਅਸੀਂ ਜੇ ਗੁਰੂ ਮਾਨਿਓ ਚੇਤਨਾ, ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਰੱਖਦੇ ਨੇ, ਗੁਰੂ ਨੂੰ ਤੇ ਗੁਰੂ ਮੰਨ ਲਈ ਗਏ। ਠੀਕ ਹੈ, ਬਾਕੀ ਗੱਲ ਹੈ ਵੀ ਇਹਨਾਂ ਲੋਕਾਂ ਨੂੰ ਅਸੀਂ ਆਪ ਖੁਦ ਭੂਏ ਚੜਾਇਆ ਇੰਗਲੈਂਡ ਦੇ ਵਿੱਚ, ਜਦੋਂ ਇਸ ਮੁੰਡੇ ਦੀ ਇਹਦੀ ਕਰਤੂਤਾਂ ਦਾ ਸਾਰਾ ਪਤਾ ਹੈ, ਪਰ ਫਿਰ ਵੀ ਜਿਹੜੇ ਅਸੀਂ ਇੱਕ ਦੂਜੇ ਦਾ ਆਪਣਾ ਕਿਣ ਕੱਢਣ ਵਾਸਤੇ ਇਹਨੂੰ ਫਿਰ ਉਹਨਾਂ ਨੇ ਜਦੋਂ ਇਹਦੀਆਂ ਕਰਤੂਤਾਂ ਹਰਕਤਾਂ ਗੰਦੀਆਂ ਸਨ, ਇਹਨੂੰ ਕਿਉਂ ਫਿਰ ਦੁਬਾਰਾ ਇਹਨੂੰ ਪ੍ਰਚਾਰ ਕਰਨ ਵਾਸਤੇ ਦਿੱਤਾ ਗਿਆ? ਇਹ ਉਹ ਜਥੇਬੰਦੀਆਂ ਦੇ ਆਗੂ ਜਾਂ ਜਿਹਨਾਂ ਨੇ ਉਸ ਵੇਲੇ ਜਿਹੜੀ ਤੁਸੀਂ ਗੱਲ ਦਾ ਜ਼ਿਕਰ ਕਰ ਰਹੇ ਹੋ, ਉਹ ਤਾਂ ਇਹ ਕਹਿ ਰਿਹਾ ਵੀ ਚਲੋ ਨੌਜਵਾਨ ਸੀ ਇੱਥੇ ਦਾ ਜੰਮਪਲ ਸੀ ਵੀ ਸ਼ਾਇਦ ਵਧੀਆ ਪ੍ਰਚਾਰਕ ਬਣ ਜਾਊਗਾ, ਇਹ ਥੋੜੀ ਪਤਾ ਸੀ ਸਾਡੀ ਕੌਮ ਦੀਆਂ ਜੜ੍ਹਾਂ ਦੇ ਵਿੱਚ ਹੀ ਤੇਲ ਪਾਊਗਾ। ਅੱਜ ਵੇਖੋ ਸਭ ਤੋਂ ਜ਼ਿਆਦਾ ਜਿਹੜੀ ਹੈ ਨਾ ਮੰਨੀ ਜਾਂਦੀ ਹੈ ਸੰਖਿਆ ਇੰਗਲੈਂਡ ਵਿੱਚ ਮੰਨੀ ਜਾਂਦੀ ਹੈ, ਕਿਉਂਕਿ ਉੱਥੇ ਸਿੱਖੀ ਦਾ ਜ਼ਿਆਦਾ ਪਾਲਾ ਮੰਨਿਆ ਜਾਂਦਾ, ਕਿਉਂਕਿ ਕਾਫੀ ਜਿਵੇਂ ਅਖੰਡ ਕੀਰਤੀ ਜਥਾ, ਦਮਦਮੀ ਟਕਸਾਲ, ਕਾਫੀ ਜਿਹੜੇ ਸਿੰਘ ਨੇ ਉੱਥੇ ਸਾਰੇ ਵੇਹਨੇ ਵੀ ਆ ਪ੍ਰੋਗਰਾਮ। ਪਰ ਮੈਨੂੰ ਤੇ ਬਹੁਤ ਅਫਸੋਸ ਹੈ ਵੀ ਉੱਥੇ ਬਹਿ ਕੇ ਉਹ ਬੰਦੇ ਸਾਡੇ ਦੀਵਾਨਾਂ ਵਿੱਚ ਸੁਣੀ ਜਾਂਦੇ ਆ, ਕੀ ਕਰ ਸਾਨੂੰ ਸਿੱਖੀ ਬਾਰੇ ਪਤਾ ਹੀ ਕੋਈ ਨਹੀਂ, ਅਸੀਂ ਸਿਰਫ ਪਹਿਰਾਵਾ ਹੀ ਰੱਖਿਆ,
ਤੇ ਸਾਨੂੰ ਕੋਈ ਇਹ ਪਤਾ ਹੀ ਕੋਈ ਨਹੀਂ ਕਿ ਸਿੱਖੀ ਜਾ ਇਤਿਹਾਸ ਕੀ ਹੈ, ਅਸਾਂ ਪੜ੍ਹੇ ਹੀ ਨਹੀਂ ਇਤਿਹਾਸ। ਨਹੀਂ ਉਹ ਤਾਂ ਮੈਨੂੰ ਤਾਂ ਮੈਂ ਤਾਂ ਹੈਰਾਨ ਮੰਨ ਰਿਹਾ ਵਾਂ ਵੀ ਉਸ ਬੰਦੇ ਨੂੰ ਕਿਵੇਂ ਪਵਿੱਤਰ ਕਰ ਰਹੇ ਤੁਸੀਂ, ਜਿਹੜੇ ਸਾਨੂੰ ਹੁਣ ਤੁਹਾਡੇ ਉੱਤੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਖੁਦ ਪਰਮੇਸ਼ਰ ਨੇ ਪਰਮਾਤਮਾ ਨੇ, ਠੀਕ ਹੈ, ਉਹਨਾਂ ਨੂੰ ਇਹ ਆਖਣ ਡਿਆ ਨੇ ਵੀ ਉਹਨੂੰ ਕਿਡਨੈਪ ਕਰੋ ਜੀ। ਇਹਦਾ ਮਤਲਬ ਕੀ ਬਣਦਾ, ਇਹਨਾਂ ਦਾ ਮਤਲਬ ਇਹ ਬਣਦਾ ਜੇ ਇਹ ਪ੍ਰਚਾਰਕ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰਬਾਣੀ ਹੈ ਉਹਦੇ ਅਰਥ ਕਰਨ, ਸ਼ਬਦ ਅਰਥ ਕਰਕੇ ਇਹਨਾਂ ਦਾ ਮਤਲਬ ਨਹੀਂ ਬਣਦਾ ਵੀ ਦੂਜੇ ਇਤਿਹਾਸ ਨੂੰ ਇਹ ਦੁਬਾਰਾ ਛੇੜਛਾੜ ਕਰਨਾ। ਨਹੀਂ ਉਹ ਤੇ ਜਿੱਦਾਂ ਤੁਹਾਨੂੰ ਪਤਾ ਬਈ ਜੋ ਇਤਿਹਾਸ ਲਿਖਿਆ ਆ ਜਿਹੜਾ ਵੀ ਜਿੱਥੋਂ ਵੀ ਲਿਖਿਆ ਆ ਉਹ ਜੀ ਵਿਅਕਤੀ ਦਾ ਲਿਖਿਆ ਆ ਬੰਦੇ ਦਾ ਲਿਖਿਆ ਆ, ਇਹ ਤਾਂ ਉਹ ਗੱਲਾਂ ਕਰਦੇ ਕਰਦੇ ਹੁਣ ਗੁਰੂ ਸਾਹਿਬ ਤੇ ਆ ਗਏ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਹੋਰ ਬਹੁਤ ਜਿੱਦਾਂ ਜਦੋਂ ਇੱਕ ਤਰਕ ਕਰਦੇ ਕਰੀ ਜਾਂਦੇ ਆ ਹਟਦੇ ਥੋੜੀ ਆ। ਉਹ ਤੇ ਵੇਖੋ ਜੀ ਹੁਣ ਇਹ ਵੀ ਆਉਂਦੇ ਵੀ ਧੁਰ ਕੀ ਬਾਣੀ, ਤੁਹਾਡੇ ਅੰਦਰੋਂ ਵੀ ਬਾਣੀ ਧੁਰ ਉਹ ਵੀ ਆਇਆ ਕਰੇਗੀ, ਫਿਰ ਅਸੀਂ ਮਤਲਬ ਗੁਰੂ ਦੇ ਬਰਾਬਰ ਹੋ ਗਏ ਨਾ, ਫਿਰ ਅਸੀਂ ਵੀ ਜੋ ਗੱਲਾਂ ਕਵਾਂ ਕਰਾਂਗੇ ਤੇ ਅਸੀਂ ਇੱਕ ਬਿਸ਼ਟਾ ਦੇ ਕੀੜੇ ਹੋ ਗਏ ਤੇ ਗੁਰੂਆਂ ਦੇ, ਫਿਰ ਅਸੀਂ ਬਾਣੀ ਦਾ ਕਰੀਏ ਗੁਰਬਾਣੀ ਜਿਹੜੀ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਸਾਰ ਪਰਮਾਤਮਾ, ਉਹ ਗੁਰੂ ਗ੍ਰੰਥ ਸਾਹਿਬ ਦੇ ਜਾਗਦੀ ਜੋਤ ਨੇ, ਉਹ ਤੇ ਸ਼ਬਦ ਗੁਰੂ ਨੇ, ਤੇ ਅਸੀਂ ਜਿਹੜੀ ਅਸੀਂ ਕੀ ਗੱਲ ਕਰ ਸਕਦੇ ਹਾਂ ਉੱਥੇ। ਤੇ ਹੁਣ ਜਿੱਦਾਂ ਅਸੀਂ ਇਹ ਸਿੱਧਾ ਹਮਲਾ ਨੀ ਗੁਰੂ ਦੇ ਨਾਲੋਂ ਗੁਰੂ ਗ੍ਰੰਥ ਸਾਹਿਬ ਨਾਲ ਤੋੜਨਾ, ਇੰਗਲੈਂਡ ਦੇ ਵਿੱਚ ਮੈਨੂੰ ਤੇ ਕੌਮ ਦਾ ਪਤਾ ਨੀ ਲੱਗਦਾ ਵੀ ਅਸੀਂ ਆਪਣੀ ਖਿੱਚੋਤਾਂ ਦੇ ਵਿੱਚ ਗੁਰੂ ਤਾਂ ਸਾਰਿਆਂ ਦਾ ਸਾਂਝਾ ਹੈ ਨਾ, ਗੁਰੂ ਗ੍ਰੰਥ ਸਾਹਿਬ ਗੁਰੂ ਨਾ ਜਿਹੜੇ 10 ਗੁਰੂ ਸਾਹਿਬਾਨ ਹੋਏ ਤਾਂ ਸਾਰੀ ਕੌਮ ਦੇ ਨੇ, ਸਾਰੀ ਦੁਨੀਆ ਦੇ ਰਹਿਬਰ ਨੇ ਉਹ। ਬਸੰਤ ਸਿੰਘ ਜੀ ਉਹ ਗੱਲ ਇਹ ਰਹਿ ਕੇ ਉਸ ਜਿੱਦਾਂ ਹੁਣ ਚਲੋ ਤੁਸੀਂ ਵੀ ਇਤਿਹਾਸ ਪੜ੍ਹਦੇ ਆ ਜਿਹੜਾ ਮਤਲਬ ਜੋ ਵੀ ਆਪਾਂ ਸਾਖੀਆਂ ਸੁਣਦੇ ਆ ਬਈ ਜਦੋਂ ਕਰਤਾਰਪੁਰ ਸਾਹਿਬ ਗੁਰੂ ਮਹਾਰਾਜ ਜੋਤੀ ਜੋਤ ਸਮਾਏ ਆ ਉਦੋਂ ਹੋਇਆ ਕੀ ਆ, ਤੁਹਾਨੂੰ ਤੁਹਾਡੇ ਕੋਲ ਕੀ ਜਾਣਕਾਰੀ ਆ ਕੀ ਆਪਾਂ ਜਿੱਦਾਂ ਜੇ ਆਪਾਂ ਨੂੰ ਚਲੋ ਤੁਹਾਨੂੰ ਮੈਨੂੰ ਸਵਾਲ ਕਰਦਾ ਜਾਂ ਕੋਈ ਹੋਰ ਵੀ ਕਰ ਦਿੰਦਾ ਕੀ ਕਹਾਂਗੇ ਆਪਾਂ ਕੀ ਹੋਇਆ ਮਹਾਰਾਜ ਨੇ ਕੀ ਕੌਤਕ ਦਿਖਾਇਆ ਉਦੋਂ। ਵੇਖੋ ਜੀ ਮੈਨੂੰ ਤੇ ਗੁਰੂ ਤੇ ਪੂਰਨ ਭਰੋਸਾ ਹੈ, ਜਿੱਥੇ ਵੀ ਗੁਰੂ ਨੂੰ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਬਿੱਤ ਸਹਾਈ, ਜਿੱਥੇ ਵੀ ਉਹਨੂੰ ਤੁਸੀਂ ਯਾਦ ਕਰਨੇ ਗੁਰੂ ਜਿਹੜਾ ਸਮਰੱਥ ਹੈ ਉੱਥੇ ਹਾਜ਼ਰ ਹੁੰਦਾ ਹੈ। ਜੇ ਭਾਈ ਜੋਗਾ ਸਿੰਘ ਜਿਹੜਾ ਹੈ ਉਹਦੀ ਉਹਦੇ ਉੱਥੇ ਹੁਸ਼ਿਆਰਪੁਰ ਜੋ ਉਹਦਾ ਤੁਸੀਂ ਇਤਿਹਾਸ ਵੇਖਿਆ, ਫਿਰ ਗੁਰੂ ਸਾਹਿਬ ਉੱਥੇ ਹਾਜ਼ਰ ਹੋਏ ਕਿ ਨਾ ਹੋਏ, ਤੇ ਮੈਂ ਕਰਤਾਰਪੁਰ ਸਾਹਿਬ ਵੀ 3 ਵਾਰੀ ਦਰਸ਼ਨ ਕੀਤੇ ਪਰ ਮੈਂ ਨੀ, ਮੈਂ ਕੋਈ ਕਾਂ ਤੇ ਮੇਰੀ ਮੈਂ ਗੁਰੂ ਸਾਹਿਬ ਦੇ ਇਤਿਹਾਸ ਉਹਨਾਂ ਦੇ ਉੱਤੇ ਇਹ ਗੱਲ ਕਰਾਂ, ਮੈਂ ਤੇ ਕੁਛ ਵੀ ਨਹੀਂ ਤੇ ਮੇਰਾ ਮੈਂ ਉੱਥੇ ਉਹ ਤੇ ਗੁਰੂ ਸਾਹਿਬ ਜਿਹੜੇ ਸਨ ਉਹ ਆਪ ਹੀ ਸਮਰੱਥ ਸਨ, ਉਹ ਸਾਰੇ ਜਾਨੀ ਜਾਣ ਸਨ। ਉਹ ਜੇਕਰ 5 ਦਿਨ ਵੇਈ ਦੇ ਵਿੱਚ ਜੇ ਵੇਈ ਵਿੱਚ ਰਹਿ ਕੇ ਜਦੋਂ ਬੀਬੀ ਨਾਨਕੀ ਜੀ ਨੂੰ ਆਖਣ ਲੱਗੇ ਵੀ ਤੁਹਾਡੇ ਤੇਰਾ ਜਿਹੜਾ ਭਰਾ ਹੈ ਉਹ ਤੇ ਡੁੱਬ ਗਿਆ, ਤੇ ਉਹ 5 ਦਿਨਾਂ ਬਾਅਦ ਜਿਹੜਾ ਮੂਲ ਮੰਤਰ ਦਾ ਲੈ ਕੇ ਆਏ ਜੇ ਜਾਪ ਇਹ ਮੂਲ ਮੰਤਰ ਲੈ ਕੇ ਆਏ ਤੇ ਉਹਨਾਂ ਨੇ ਉਦੋਂ 5ਵੇਂ ਪ੍ਰਗਟ ਹੋਏ ਤੇ ਕੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਅਸੀਂ ਕੁਛ ਕਹਿ ਸਕਦੇ ਹਾਂ ਦੱਸੋ? ਮੈਂ ਤੇ ਕਿਵੇਂ ਕਹਿ ਸਕਦਾ ਵਾਂ? ਮੈਂ ਕੱਲ ਦਾ ਉੱਠ ਕੇ ਸ਼ੋਕਰਾ ਮੈਂ ਜਿਹਨਾਂ ਨੂੰ 12th ਬੈਂਡ ਦੀ ਯਾਦ ਉਹਨਾਂ ਦੀ ਯਾਦ ਨਹੀਂ ਉਹ ਗੱਲਾਂ ਕਰਨ ਲੱਗ ਪਿਆ, ਦੱਸੋ ਤੇ ਸਾਡੀ ਕੌਮ ਦੀ ਹੈ। ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਵੀ ਐਡੀ ਵੱਡੀ ਗਿਰਾਵਟ ਆ ਜਾਵੇਗੀ ਤੇ ਅਸੀਂ ਹਜ਼ਾਰਾਂ ਲੋਕ ਉਹਨਾਂ ਦੇ ਗੱਲਾਂ ਸੁਣ ਕੇ ਤੇ ਅਸੀਂ ਆਖਾਂਗੇ ਬਹੁਤ ਵਧੀਆ ਕਰੀ। 21 ਤਰੀਕ ਨੂੰ ਆ ਜਿਹੜਾ ਸ਼ਨਿਚਰਵਾਰ ਆ ਇੱਥੇ ਇੰਗਲੈਂਡ ਦੀਆਂ ਜਥੇਬੰਦੀਆਂ ਜਿੱਦਾਂ ਤੁਸੀਂ ਗੱਲ ਕੀਤੀ ਆ ਗੁਰਦੁਆਰਾ ਸਾਹਿਬਾਨਾਂ ਨੇ ਬਹੁਤ ਵੱਡੀ ਮੀਟਿੰਗ ਸੱਦੀ ਹੋਈ ਆ ਇਹਨਾਂ ਦੇ ਇਹਦੇ ਸੰਬੰਧ ਦੇ ਵਿੱਚ, ਤੁਹਾਡਾ ਕੀ ਵਿਚਾਰ ਆ ਕੀ ਹੋਣਾ ਚਾਹੀਦਾ ਇਹਦਾ? ਜਿੱਦਾਂ ਹੁਣ ਬਹੁਤ ਲੋਕ ਕਹਿੰਦੇ ਜੀ ਪ੍ਰਚਾਰ ਬੰਦ ਕਰਦੇ ਆ ਜਾਂ ਫੈਸਲਾ ਕੀ ਹੋਣਾ ਚਾਹੀਦਾ? ਉਹਨੇ ਜੋ ਸਪਸ਼ਟੀਕਰਨ ਵੀ ਦਿੱਤਾ ਨਾ ਉਹ ਜਿਵੇਂ ਅੱਜ ਰਣਜੀਤ ਸਿੰਘ ਨੇ ਬੋਲਿਆ ਉਵੇਂ ਉਹਨੇ ਬੋਲਿਆ, ਇਹ ਸਾਰਾ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋ ਰਿਹਾ। ਉਹਨੇ ਵੀ ਇਹ ਗੱਲ ਆ ਕਿਹਾ ਵੀ ਭਾਈ ਜਿਹੜੇ ਜਥੇਦਾਰ ਹੈ ਉਹ ਇੱਕ ਘੰਟਾ ਕਥਾ ਕਰੇ ਇਤਿਹਾਸ ਦੱਸੇ, ਜੇਕਰ ਤੁਹਾਨੂੰ ਮਤਲਬ ਤੁਹਾਨੂੰ ਕੀ ਕਿੰਨੇ ਅਧਿਕਾਰ ਦਿੱਤਾ ਭਾਈ ਜਥੇਦਾਰ? ਵੇਖੋ ਮੈਂ ਥੋੜੀ ਜਿਹੀ ਹੁਣ ਇਹ ਵੀ ਗੱਲ ਦੱਸ ਦੇਵਾਂ ਵੀ ਜਿਹੜੀ ਤੁਹਾਡੀ ਮੀਟਿੰਗ ਹੋ ਰਹੀ ਮੈਂ ਤੇ ਬੇਨਤੀ ਇਹ ਕਰਾਂਗਾ ਕਿ ਇਹ ਨਾ ਹੀ ਕੋਈ ਪ੍ਰਚਾਰਕ ਹੈ, ਭੇਖੀ ਬੰਦਾ ਹੈ, ਜੇ ਪਹਿਲੋ ਢੱਡਰੀਆਂ ਵਾਲੇ ਨੇ ਦਮਾਲਾ ਬੰਨੇ ਦੇ ਬੰਨ ਲਿਆ ਤੇ ਹੁਣ ਜੇ ਉਹਨੇ ਪੱਗ ਬੰਨ ਲਈ ਤੇ ਹੁਣ ਇਹਨੇ ਵੀ ਪੱਗ ਬੰਨ ਲਈ।
ਠੀਕ। ਤੇ ਇਹ ਸਿੱਖੀ ਦਾ ਦੁਸ਼ਮਣ ਹੈ, ਜੇ ਤੇ ਅਸੀਂ ਗੁਰੂ ਦੇ ਸਿੱਖ ਅਖਵਾਉਂਦੇ ਹਾਂ। ਤੇ ਇਹੋ ਜਿਹੇ ਹਾਂ ਪ੍ਰਚਾਰਕਾਂ ਦਾ, ਪ੍ਰਚਾਰਕ ਨਹੀਂ ਮੈਂ ਇਹਨੂੰ ਕਹਾਂਗਾ, ਮੈਂ ਤੈਨੂੰ ਬਿਸ਼ਟਾਂਗਾ, ਕੀੜਾ ਹੀ ਕਹਾਂਗਾ ਕਿ ਜਿਹੜਾ ਇਹ ਗੁਰੂ ਸਾਹਿਬ ਦੇ ਉੱਤੇ ਇਹਨੇ ਏਡੀ ਵੱਡੀ ਗੱਲ ਕੀਤੀ ਹੈ, ਤੇ ਇਹਦਾ ਤਰਕ ਦੇਣ ਦਾ ਹਾਂ ਮਤਲਬ ਕੀ ਹੁੰਦਾ? ਇਹ ਜੋ ਗੁਰੂ ਸਾਹਿਬ ਜੋ ਲਿਖਿਆ ਇਤਿਹਾਸ ਹੈ, ਤੇ ਇਹਦਾ ਕੀ ਮਤਲਬ ਬੰਦਾ ਹਾਂਜੀ ਉਹਦੇ ਉੱਤੇ ਉੱਠ ਕੇ ਇਹ ਗੱਲਾਂ ਨਵੇਂ ਭੰਬਲ ਭੂਸੇ ਕੌਮ ਦੇ ਵਿੱਚ ਦੁਬਿਧਾ ਖੜੀ ਕਰਦਾ? ਜੇ ਅੱਜ ਸਿੱਖ ਹੀ ਇਹ ਗੱਲਾਂ ਸੁਣਾਂਗੇ ਕਰਾਂਗੇ, ਤੇ ਕੱਲ੍ਹ ਤੁਹਾਡੇ ਦੇ ਅੱਗੇ ਦੁਸ਼ਮਣ ਜਿਹੜੇ ਬੜੇ ਖੜੇ ਨੇ, ਉਹ ਤੇ ਠੀਕ ਅੱਗੇ ਹੀ ਨਹੀਂ ਚਾਹੁੰਦੇ ਵੀ ਇਹ ਸਾਰਾ ਕੁਝ ਝੂਠ ਝੂਠ ਕਰਾ ਰਹੇ ਨੇ। ਇਸ ਕਰਕੇ ਮੈਂ ਤੇ ਕਹਾਂਗਾ ਵੀ ਇਹਨੂੰ ਨੱਥ ਪਾ ਕੇ ਇਹਨੂੰ ਬਿਲਕੁਲ ਇਹਨੂੰ ਸਜ਼ਾ ਲਾਈ ਜਾਵੇ, ਤੇ ਇਹਨੂੰ ਬਿਲਕੁਲ ਇਹ ਜਿਹੜਾ ਇਹਦਾ ਇਹਨੂੰ ਕੋਈ ਪ੍ਰਚਾਰਕ ਨਾ ਅੱਜ ਤੋਂ ਬਾਅਦ ਕਿਹਾ ਜਾਵੇ। ਪ੍ਰਚਾਰਕ ਕਾਹਦਾ ਪ੍ਰਚਾਰਕ ਹੈ? ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਇਹਨੂੰ ਕਿਉਂ ਪ੍ਰਚਾਰ, ਇਹਨੂੰ ਪ੍ਰਚਾਰ ਕਰ ਰਿਹਾ। ਕੱਲ ਦਾ ਛੋਕਰਾ ਇਹਨੇ ਪੱਲੇ ਕੱਖ ਹੈ ਨਹੀਂ। ਪਹਿਲਾਂ ਤੁਸੀਂ ਇਹਦੀ ਵੇਖੀ ਠੀਕ ਕਿੰਨੀ ਗੰਦੀ ਕਰਤੂਤ ਵੇਖੀ ਇਹਨੇ ਜਦੋਂ ਜਿਹੜਾ ਇਹਨੇ ਬੋਲਿਆ ਸੀ। ਹਾਂਜੀ ਬਸੰਤ ਸਿੰਘ ਜਾਂ ਜਿੱਦਾਂ ਸਾਡੇ ਚ ਜਿੱਦਾਂ ਚਲੋ ਜਿਹੜੀ ਗਿਰਾਵਟ ਦੀ ਗੱਲ ਕੀਤੀ ਆ, ਇਹ ਵੀ ਗਿਰਾਵਟ ਆ ਕਿ ਇੱਕ ਜਥੇਬੰਦੀ ਜਾਂ ਕੁਝ ਜਦੋਂ ਬੰਦੇ ਜਿੱਦਾਂ ਸਹਿਰ ਤੋਂ ਕੇ ਕੋਈ ਫੈਸਲਾ ਲੈਣ ਲੱਗਦੇ ਆ ਤੇ ਵਿੱਚੋਂ ਸਾਡੇ ਇੱਕ ਜਥੇਬੰਦੀ ਜਾਂ ਕੁਝ ਵਿਅਕਤੀ ਜਾ ਕੇ ਦੂਏ ਪਾਸੋਂ ਸਪੋਰਟ ਕਰਨ ਲੱਗ ਪੈਂਦੇ ਆ। ਵੇਖੋ ਜੀ ਉਸ ਮੈਂ ਤੇ ਉਹਨੂੰ ਸਿੱਖ ਨਹੀਂ ਕਵਾਂਗਾ ਵੀ ਜਿਹੜਾ ਪੰਥ ਵਿਰੋਧੀ ਬੰਦੇ ਦੀ ਜਾ ਕੇ ਆਪਣੀ ਘੇੜ ਕੱਢਣ ਵਾਸਤੇ ਉਹਦੇ ਨਾਲ ਖੜ ਜਾਵੇ, ਮੈਂ ਉਹਨੂੰ ਕਦੀ ਵੀ ਸਿੱਖ ਨਹੀਂ ਕਹਿੰਦਾ। ਕਿਉਂਕਿ ਮਿਸਲਾਂ ਸਿੱਖਾਂ ਵਿੱਚ ਪਹਿਲਾਂ ਹੀ ਬਣੀਆਂ ਸਨ, ਪਰ ਸਾਰੀਆਂ ਸਿੱਖ ਜਿਹੜੀਆਂ ਪੰਥਕ ਮੁੱਦਿਆਂ ਦੇ ਇਕੱਠੀਆਂ ਹੁੰਦੀਆਂ ਸਨ, ਤੇ ਅੱਜ ਭਾਵੇਂ ਵੱਖਰੀਆਂ ਵੱਖਰੀਆਂ ਜਥੇ ਬਣੇ ਨੇ, ਆਪਣੇ ਆਪਣਾ ਕੰਮ ਕਰੋ ਜੋ ਤੁਸੀਂ ਕਰਨਾ ਹੈ। ਪਰ ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਦੇ ਘੱਟੋ ਘੱਟ ਇੰਨਾ ਤੇ ਗੁਰੂਆਂ ਦੇ ਪ੍ਰਤੀ, ਜੇ ਤੁਸੀਂ ਆਪਣਾ ਇਤਿਹਾਸ ਦੇ ਉੱਤੇ ਜੋ ਹੋ ਰਿਹਾ ਉਹਦੇ ਪ੍ਰਤੀ ਤੇ ਤੁਸੀਂ ਜਾਗੋ। ਵੇਖੋ ਜੀ ਅੱਜ ਮੈਂ ਤੁਹਾਨੂੰ ਥੋੜਾ ਦੱਸ ਦੇਵਾਂ, ਠੀਕ ਹੈ ਅਸੀਂ ਮੰਨਦੇ ਹਾਂ, ਪਰ ਇਹਦਾ ਸਾਰਾ ਜਿਹੜਾ ਦੋਸ਼ੀ ਹੈ ਅੱਜ ਸਾਡੀ ਕੌਮ ਦੀ ਜਿਹੜੀ ਇਹ ਹਾਲਤ ਹੋਈ ਹੈ, ਇਹ ਹਾਲਤ ਦਾ ਜ਼ਿੰਮੇਵਾਰ ਜਿਹੜਾ ਹੈ ਉਹ ਬਾਦਲ ਪਰਿਵਾਰ ਹੈ ਤੇ ਬਾਦਲ ਜੁੰਡਲੀ ਹੈ। ਉਹ ਕਿਵੇਂ? ਮੈਂ ਕੋਈ ਬਾਦਲ ਦਾ ਨਹੀਂ ਹੈਗਾ, ਪਰ ਮੈਨੂੰ ਦੁੱਖ ਇਸ ਕਰਕੇ ਆ ਰਿਹਾ ਹੈ ਕਿ ਜਿਹੜਾ ਅਕਾਲ ਤਖ਼ਤ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਸੀ ਤੇ ਉਹਦੇ ਉੱਤੇ ਜਿਹੜੇ ਫੈਸਲੇ ਲੈ ਜਾਂਦੇ ਸਨ, ਅਕਾਲ ਤਖ਼ਤ ਨੂੰ ਬੜਾ ਮਹਾਨ ਅਹੁਦਾ ਛੇਵੇਂ ਪਾਤਸ਼ਾਹ ਨੇ ਦਿੱਤਾ ਸੀ। ਤੇ ਅਸੀਂ ਕਹਿੰਦੇ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਆਪਾਂ ਇਹ ਗੱਲਾਂ ਕਰਦੇ ਹਾਂ। ਪਰ ਉਹਦੇ ਉੱਤੇ ਭਾਵੇਂ ਕਿ ਅੱਜ ਜਥੇਦਾਰ ਜਿਹੜਾ ਬਹੁਤ ਵਧੀਆ, ਮੈਂ ਉਹਦੇ ਵਿਚਾਰ ਵੀ ਸੁਣੇ ਨੇ, ਬਹੁਤ ਚੰਗਾ ਵਿਦਵਾਨ ਵੀ ਹੈ, ਪਰ ਜਦੋਂ ਉੱਥੇ ਅਸੀਂ ਆਪਣੀ ਮਨ ਮਰਜ਼ੀ ਦੇ ਜਥੇਦਾਰ ਥਾਪ ਥਾਪ ਕੇ, ਜਿਨ੍ਹਾਂ ਨੂੰ ਕੋਈ ਪਤਾ ਨਹੀਂ, ਸਿਰਫ਼ ਉਹ ਭੁੱਖੇ ਹੁੰਦੇ ਨੇ ਵਿਚਾਰੇ, ਆਪ ਉਹਨਾਂ ਦੀ ਭੁੱਖ ਨਿਕਲ, ਉਹ ਆਪਣੀ ਭੁੱਖ ਕੱਢਣ ਤੇ ਲੱਗੇ ਰਹਿੰਦੇ ਨੇ ਵੀ ਸਾਨੂੰ ਪੈਸਾ ਇਕੱਠਾ ਹੋ ਜਾਏ, ਤੇ ਉਹ ਸਾਰੇ ਥਾਵਾਂ ਤੇ ਜਾਂਦੇ ਨੇ, ਨਾ ਉੱਥੋਂ ਕੋਈ ਫੈਸਲੇ ਲੈਂਦੇ ਨੇ, ਨਾ ਉਹ ਵੇਖਦੇ ਨੇ ਵੀ। ਵੇਖੋ ਮੇਰੀ ਗੱਲ ਸੁਣੋ, ਮੈਂ ਤੇ ਇਹ ਬੇਦੀ ਅੱਜ ਰਣਜੀਤ ਸਿੰਘ ਢੱਡਰੀਵਾਲ ਦੀ ਜਾਂ ਇਹਨਾਂ ਹੋਰ ਦੁੱਖੀ ਤਿੱਕੀ ਦੀ ਜ਼ਰੂਰਤ ਨਹੀਂ ਸੀ ਪੈਣੀ। ਜਿਹੜੇ ਬਾਬੇ ਜਿਹੜੇ ਪਹਿਲਾਂ ਜਿਵੇਂ ਕਿ ਠਾਕਰ ਸੀਗੇ, ਉਹ ਇੰਨੀਆਂ ਝੂਠ ਮਾਰਦਾ, ਗੱਪਾਂ ਮਾਰਦਾ, ਉਹਨੂੰ ਸੱਦ ਕੇ ਅਕਾਲ ਤਖ਼ਤ ਦੇ ਉੱਤੇ ਉਹਨੂੰ ਤਲਬ ਕਰਨਾ ਚਾਹੀਦਾ ਸੀ, ਪਰ ਉਹਨੂੰ ਤਲਬ ਨਾ ਕਰਨ ਕਰਕੇ ਅੱਜ ਇਹਨਾਂ ਲੋਕਾਂ ਦੇ ਮੂੰਹ ਪੈਣੇ, ਉਹ ਵੀ ਜੋ ਸਾਰਾ ਕੁਝ ਗਲਤ ਕਰਦਾ ਹੈ। ਪਰ ਦੂਜੇ ਨੰਬਰ ਤੇ ਕੋਈ ਜ਼ਰੂਰਤ ਵਾਲਾ ਜਥੇਦਾਰ ਇਹਨਾਂ ਬਾਦਲ ਨੇ ਰਹਿ ਨਹੀਂ ਦਿੱਤਾ, ਕਿਉਂਕਿ ਇਹ ਆਪ ਸਿੱਖ ਨਹੀਂ ਹੈਗੇ, ਸਿੱਖੀ ਇਹਨਾਂ ਚ ਆਪ ਨਹੀਂ। ਕਿਉਂ ਇਹ ਵੇਖੋ, ਮੈਂ ਤੇ ਏਡੀ ਮੈਨੂੰ ਸੋਚ ਆਉਂਦੀ ਹੈ ਵੀ ਗੁਰੂ ਹਰਿਮੰਦਰ ਸਾਹਿਬ ਤੁਸੀਂ ਵੀ ਜਾਂਦੇ ਹੋ, ਸਾਰੀ ਕੌਮ ਜਾਂਦੀ ਹੈ, ਆਪਣੇ ਕੋਲ ਕਿਹੜਾ ਇਹੋ ਜਿਹਾ ਥਰਮਾਮੀਟਰ ਹੈ ਇਹਨਾਂ ਗ੍ਰੰਥੀਆਂ ਦੇ ਕੋਲ ਜਿਹੜਾ ਲਾ ਕੇ ਚੈੱਕ ਕਰਦੇ ਨੇ ਵੀ ਇਹਦੇ 'ਚ ਜ਼ਿਆਦਾ ਸਿੱਖੀ ਤੇ ਇਹੋ ਜਿਹੀ ਘੱਟ ਸਿੱਖੀ ਹੈ? ਤੇ ਜੇ ਜਦੋਂ ਹੋਰ ਆਮ ਏਡੇ ਏਡੇ ਚੰਗੇ ਮੈਂ ਵੇਖੇ ਨੇ ਮਹਾਂਪੁਰਖ, ਹੋਰ ਚੰਗੇ ਚੰਗੇ ਜਿਹੜੇ ਪਹਿਰਾਵੇ ਦੀ ਗੱਲ ਨਹੀਂ ਹੁੰਦੀ, ਤੇ ਉਹ ਜਿਹੜੇ ਜਾਂਦੇ ਨੇ ਉਹਨਾਂ ਨੂੰ ਤਾਂ ਧੱਕੇ ਮਾਰੇ ਜਾਂਦੇ ਨੇ ਉੱਥੇ, ਤੇ ਜਦੋਂ ਬਾਦਲ ਦਾ ਮੁੰਡਾ ਤੇ ਜਾਂ ਬਾਦਲ ਦੀ ਨੂੰਹ ਜਾਂਦੀ ਤੇ ਉੱਠ ਕੇ ਖੜੇ ਹੋ ਜਾਂਦੇ ਨੇ, ਤੇ ਇਹ ਸਿਰੇ ਜਿਹੜਾ ਹਰਿਮੰਦਰ ਸਾਹਿਬ ਹੈ ਇਹ ਗੁਰੂ ਰਾਮਦਾਸ ਜੀ ਨੇ ਬਣਾਇਆ ਸੀ, ਮੇਰੀ ਗੱਲ ਸੁਣੋ, ਨਾ ਕਿ ਬਾਦਲ ਕੁਮਾਰ ਨੇ ਬਣਾਇਆ। ਪਰ ਗੁਰੂ ਰਾਮਦਾਸ ਜੀ ਦਾ ਜਿਹੜਾ ਨਗਰੀ ਹੈ, ਜਿਹੜਾ ਉਹਦਾ ਘਰ ਹੈ ਅੰਮ੍ਰਿਤਸਰ ਸਿਫਤੀ ਦਾ ਘਰ, ਉਹ ਅੱਜ ਬਾਦਲਾਂ ਦਾ ਘਰ ਬਣ ਕੇ ਰਹਿ ਗਿਆ,
ਕਿਉਂਕਿ ਇਹਨਾਂ ਦੀ ਨਿੱਜੀ ਜਾਇਦਾਦ ਬਣ ਗਈ ਹੈ, ਤਾਂ ਉਹ ਇੰਜ ਲੱਗਦੇ ਨੇ ਵੀ ਜਿਵੇਂ ਅਸੀਂ ਇਹਨਾਂ ਦੇ ਨੌਕਰ ਹਾਂ। ਜੇ ਅਸੀਂ ਹਰਸਿਮਰਤ ਕੌਰ ਨੂੰ ਸਰੋਪਾ ਨਾ ਦਿੱਤਾ ਤੇ ਜਾਂ ਸੁਖਬੀਰ ਬਾਦਲ ਨੂੰ ਸਰੋਪਾ ਜਾਂ ਇਹਨਾਂ ਦੇ ਚੇਤਿਆਂ ਨੂੰ ਸਰੋਪੇ ਨਾ ਦਿੱਤੇ ਤੇ ਹੋ ਸਕਦਾ ਸਾਡੀ ਬਦਲੀ ਨਾ ਕਰ ਦੇਣ। ਜਦੋਂ ਕਿ ਬਸੰਤ ਸਿੰਘ ਧਰਮ ਜੀ ਦੇ ਪ੍ਰਚਾਰਕਾਂ ਦੀ ਗ੍ਰੰਥੀਆਂ ਦੀ ਐਡੀ ਮਾੜੀ, ਇੱਥੋਂ ਤੱਕ ਗਿਰਾਵਟ ਆ ਜਾਵੇ, ਫਿਰ ਇਹ ਗੱਲਾਂ ਜਿਹੜੀਆਂ ਹੋਣੀਆਂ ਸੁਭਾਵਿਕ ਨੇ। ਬਸੰਤ ਸਿੰਘ ਜੀ, ਚਲੋ ਆਪਾਂ ਮੰਨਦੇ ਹਾਂ, ਇਹ ਸਾਰੀ ਕੌਮ ਹੀ ਮੰਨਦੀ ਆ ਵੀ ਬਹੁਤ ਜਿਹੜਾ ਉੱਥੇ ਗਿਰਾਵਟ ਬਹੁਤ ਆ ਜਾਂ ਉਹ ਚੀਜ਼ਾਂ ਹੈਗੀਆਂ, ਪਰ ਇਹਦੇ ਬਾਵਜੂਦ ਵੀ ਕਿਸੇ ਵਿਅਕਤੀ ਨੂੰ, ਕਿਸੇ ਬੰਦੇ ਨੂੰ ਇਹ ਹੱਕ ਤੇ ਨਹੀਂ ਗਾ ਕੌਮ ਦਾ ਇਤਿਹਾਸ ਵਿਗਾੜੇ। ਮੈਂ ਤੇ ਉਹੀ ਗੱਲ ਕਰਨਾ ਵੀ ਜੇ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸਰਵਉੱਚਤਾ ਸ਼ਕਤੀ ਨੂੰ ਕਾਇਮ ਰੱਖਿਆ ਜਾਂਦਾ ਨਾ, ਅੱਜ ਕਿਸੇ ਦੀ ਹਿਆ ਨਹੀਂ ਸੀ ਪੈਣਾ, ਜ਼ਰੂਰਤ ਨਹੀਂ ਸੀ ਪੈਣੀ ਉੱਥੇ ਗੱਲ ਕਰਨ ਦੀ। ਉਹਨੂੰ ਠੀਕ ਕੌਮ ਜਿਹੜੀ ਅੱਗੇ ਜਦੋਂ ਜਿਹਨੂੰ ਆਪਾਂ ਪੰਥ ਵਿੱਚੋਂ ਛੇਕਦੇ ਸਾਂ, ਮੇਰੀ ਗੱਲ ਸੁਣੋ, ਹਾਂ ਉਹਨੂੰ ਆਖਦੇ ਪੰਥ ਵਿੱਚੋਂ ਛੇਕਿਆ ਹੋਇਆ ਬੰਦਾ ਹੁੰਦਾ ਸੀ ਕਿ ਨਹੀਂ ਹੁੰਦਾ? ਹਾਂ, ਅੱਜ ਅੱਜ ਜਥੇਦਾਰ ਜਿਹੜੇ ਨੂੰ ਆਉਂਦੇ ਨੇ ਸਾਡੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ। ਉਹਨਾਂ ਨੂੰ ਠੀਕ ਪਤਾ ਵੀ ਜੇ ਇਹਨੂੰ ਛੇਕ ਵੀ ਦਿੱਤਾ ਇਹਨਾਂ ਨੂੰ ਪੰਥ, ਜੇ ਜਿਵੇਂ ਕਿ ਜਥੇਦਾਰ ਸਾਹਿਬ ਨੂੰ ਅੱਜ ਇਹਨੇ ਗੱਲਾਂ ਕੀਤੀਆਂ ਨੇ, ਤੇ ਇਹ ਜੇ ਛੇਕਦਾ ਮੈਂ ਖੁਦ ਮੁਖਤਿਆਰੀ ਲੈਣੀ, ਖੁਦ ਮੁਖਤਿਆਰੀ ਰਹਿਣਾ। ਤੇ ਫਿਰ ਜਿਹੜਾ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਨੇ ਬਣਾਇਆ, ਫਿਰ ਉਹਦਾ ਉਹ ਕਾਹਦੇ ਲਈ ਗੁਰੂ ਸਾਹਿਬ ਨੇ ਬਣਾਇਆ ਸੀ? ਮਤਲਬ ਉਹ ਤਾਂ ਹਰ ਚੀਜ਼ ਦੀ ਜਿਹੜਾ ਕਿ ਉਹਦੀ ਖੁਦ ਬਰਾਬਰੀ ਕਰਦਾ ਨਾ, ਹਰੇਕ ਚੀਜ਼ ਦੀ ਬਰਾਬਰੀ, ਉਹ ਗੁਰੂ ਨੂੰ ਵੀ ਆਪਣੇ ਬਰਾਬਰ ਹੀ ਸਮਝਦਾ ਆ, ਉਹ ਤਾਂ ਉਹਦੀਆਂ ਸਪੀਚਾਂ ਚੋਂ ਕਹਿ ਦਈ। ਰਿਹਾ ਨਾ ਵੀ ਕੁਦਰਤ, ਉਹ ਕਹਿੰਦਾ ਵੀ ਕੁਦਰਤ ਨੂੰ ਮੰਨੋ, ਕੁਦਰਤ ਦੇ ਗੱਲ ਹਾਂਜੀ ਕਰੋ, ਕੁਦਰਤ ਦੀ ਕਸਵੱਟੀ ਦੇ ਗੱਲ ਕਰੋ, ਤੇ ਫਿਰ ਦੱਸੋ ਪਹਿਲਾਂ ਵੀ ਕੁਦਰਤ ਤੇ ਫਿਰ ਆਮ ਇਨਸਾਨ ਜਿਹੜੇ ਨੇ, ਫਿਰ ਗੁਰੂ ਸਾਹਿਬ ਵੀ ਆਮ ਇਨਸਾਨ ਰਲਾ ਦਿੱਤੇ ਇਹਨਾਂ ਨੇ ਫਿਰ। ਹਾਂਜੀ, ਪਰ ਚਲੋ ਹੁਣ ਆਪਣੇ ਕੋਲ ਇਹ ਤੇ ਵੇਖੋ, ਵੇਖੋ ਭਾਈ ਸਾਹਿਬ ਜੀ, ਇਹ ਤੇ ਕੌਮ ਨੇ ਸੋਚਣਾ ਵੀ ਅੱਜ ਅਸੀਂ ਜਿਹੜੇ ਗਲਗੀਧਰ ਪਾਤਸ਼ਾਹ ਨੇ ਆਪਣਾ ਪਰਿਵਾਰ ਜਿਹੜਾ ਸੀ ਉਹ ਵਾਰ ਦਿੱਤਾ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜਿਹੜੇ ਸਨ, ਉਹਨਾਂ ਨੇ ਉੱਥੇ ਕਿਵੇਂ ਉਹਨਾਂ ਨੂੰ ਆਰੇ ਨਾਲ ਜੀਰਾ ਦੇ ਰੂੰਜ ਵਿੱਚ ਬੰਨ ਕੇ ਲਪੇਟਿਆ ਤੇ ਉਹਨਾਂ ਸਿੱਖੀ ਨੂੰ ਕਾਇਮ ਰੱਖਿਆ, ਛੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ, ਤੇ ਅੱਜ ਅਸੀਂ ਉਹਨਾਂ ਦੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਤੇ ਤਾਂ ਹੀ ਸਿੱਖ ਧਰਮ ਅੱਜ ਜਿੰਦਾ ਹੈ। ਅਸੀਂ ਜੇ ਪੜ੍ਹ ਕੇ ਆਪਣਾ ਸ਼ਕਤੀ ਮਿਲਦੀ ਹੈ ਨਾ, ਤੇ ਬਸੰਤ ਸਿੰਘ ਦੇਖੋ ਕੌਮ ਨੇ ਮਤਲਬ ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਮੇਰਾ ਇੱਕ ਲੱਗ ਪੈਂਦਾ ਹੀ ਸੁਣੀ ਜਾਂਦੇ, ਤੇ ਫਿਰ ਇਹ ਤੇ ਫਿਰ ਜਿਹੜੀ ਸਰਵਉੱਚ ਅਕਾਲ ਤਖ਼ਤ ਸੀ ਉਹਨੂੰ ਬਹੁਤ ਠੇਸ ਪਹੁੰਚਾਈ ਆ, ਪਰ ਦੂਏ ਪਾਸੇ ਸਰਬੱਤ ਖਾਲਸਾ ਜਿਹੜਾ 2015 ਚ ਹੋਇਆ, ਸਰਬੱਤ ਖਾਲਸੇ ਨੇ ਵੀ ਜਥੇਦਾਰ ਚੁਣੇ ਸੀਗੇ, ਉਹਨਾਂ ਨੇ ਵੀ ਨੀ ਇਹਦੇ ਬਾਰੇ ਕੁਛ ਕੀਤਾ, ਉਹਨਾਂ ਤੋਂ ਵੀ ਕੁਛ ਨੀ ਹੋਇਆ। ਮੈਂ ਅੱਗੇ ਗੱਲ ਕਰਕੇ ਹਟਿਆ ਵੀ ਜਿਹੜਾ ਸਿੱਖ ਉਹ ਸੋਚਦਾ ਉਰੇ ਕੋਈ ਬੜੇ ਚੰਗੇ, ਪਰ ਜਿਹੜੇ ਉੱਥੇ ਜਥੇਦਾਰ ਉਹ ਜਿਹੜੇ ਬਣੇ ਸਨ ਉਹ ਵੀ ਭੁੱਖੇ ਹੀ ਨਿਕਲੇ ਵੀ ਜੇ ਕੌਮ ਨੇ ਇੰਨਾ ਵੱਡਾ ਸਾਥ ਦਿੱਤਾ ਧਿਆਨ ਸਿੰਘ ਮੰਡ ਦਾ, ਉੱਥੇ ਲੱਖਾਂ ਰੁਪਈਆ ਇੰਨਾ ਕੁਝ ਤੁਸੀਂ ਆਪ ਹੀ ਜਾਂਦੇ ਰਹੋ, ਸੰਗਤਾਂ ਨੇ ਘਰਾਂ ਦੇ ਵਿੱਚੋਂ ਆਪਣੇ ਉੱਠ ਕੇ, ਤੇ ਕੀ ਪ੍ਰਾਪਤੀ ਕੀ ਕਰਕੇ ਦਿੱਤੀ ਧਿਆਨ ਸਿੰਘ ਮੰਡ ਨੇ? ਕੀ ਲੈ ਕੇ ਕਿਹੜੇ ਕਹਿੰਦੇ ਮਸਲੇ ਸੀ, ਅਜੇ ਕੌਮ ਜਿਹੜੀ ਸੀ ਉਹਦੇ ਨਾਲ ਖੜੀ ਸੀ, ਅੱਜ ਧਿਆਨ ਸਿੰਘ ਮੰਡ ਜਿਹੜਾ ਲਗਾ ਫਿਰਦਾ ਉਹਨੂੰ ਪੁੱਛਦਾ ਵੀ ਨਹੀਂ? ਨਹੀਂ, ਮੈਂ ਇਹੀ ਗੱਲ ਕਰਦਾ ਵੀ ਉਹਨਾਂ ਨੇ ਵੀ ਆ ਜਿਹੜੇ ਲੋਕ ਇਤਿਹਾਸ ਵਿਗਾੜਦੇ ਆ, ਆਪਾਂ ਬਾਦਲਾਂ ਨੂੰ ਕਹਿੰਦੇ ਵੀ ਉਹ ਨੁਕਸਾਨ ਕੀਤਾ, ਇਹਨਾਂ ਨੇ ਕਿਹੜਾ ਕਿਸੇ ਨੂੰ ਤਲਬ ਕੀਤਾ, ਇਹਨਾਂ ਨੇ ਕਿਹੜਾ ਕਿਸੇ ਨੂੰ ਸੱਦਿਆ, ਜਾਂ ਇਹਨਾਂ ਨੇ ਕਿਹੜਾ ਕੋਈ ਏਦਾਂ ਦਾ ਬਿਆਨ ਦਿੱਤਾ ਵੀ ਇਹਨਾਂ ਨੂੰ ਅਸੀਂ ਖਿੱਚਦੇ ਹਾਂ? ਮੇਰੀ ਗੱਲ, ਮੈਂ ਤੁਹਾਨੂੰ ਇੱਕ ਗੱਲ ਦੱਸਦਿਆਂ ਵੀ ਜੇ ਜਥੇਦਾਰ ਜਿਹੜਾ ਸੀ ਨਾ, ਜੇ ਜਥੇਦਾਰ ਦਾ ਭਾਉ ਬਾਦਲ ਮੰਨਦੇ, ਉਹਨੂੰ ਆਪਣੀ ਉਹਨੂੰ ਆਪਣੀ ਕੋਠੀ ਸੱਦ ਕੇ ਸਰਸੇ ਵਾਲੇ ਸਾਧ ਨੂੰ ਮਾਫ਼ੀ ਨਾ ਦਿੰਦੇ ਤਾਂ ਇਹ ਕਦੀ ਵੀ ਨਹੀਂ ਸੀ ਹੋਣਾ। ਸਿਰਫ ਇਹਨਾਂ ਨੇ ਚੰਦ ਵੋਟਾਂ, ਉਹਦੀਆਂ ਵੋਟਾਂ ਲੈਣ ਵਾਸਤੇ ਅਕਾਲ ਤਖ਼ਤ ਦੀ ਦੁਰਵਰਤੋਂ ਕੀਤੀ ਤੇ ਉਹਦਾ ਖਮਿਆਜਾ ਜਿਹੜਾ ਅੱਜ ਪੂਰੀ ਕੌਮ ਨੂੰ ਭੁਗਤਣਾ ਪੈ ਰਿਹਾ ਜੀ। ਠੀਕ ਹੈ, ਮੈਂ ਤੇ ਇਹਦਾ ਸਾਰਾ ਜਿਹੜਾ ਦੋਸ਼ੀ ਹੈ, ਮੈਂ ਤੇ ਇਹ ਮੇਰਾ ਸਵਾਲ ਇਹ ਇਹਨਾਂ ਨੂੰ ਆਪਾਂ ਪੰਥਕ ਜਥੇਦਾਰ ਕਹਿੰਦੇ, ਪੰਥਕ ਜਥੇਦਾਰਾਂ ਤੋਂ ਵੀ ਕੁਝ ਨੀ ਹੋਇਆ, ਉਹਨਾਂ ਨੇ ਵੀ ਕੌਮ ਦੇ ਪੱਲੇ ਕੁਝ ਨੀ ਪਾਇਆ ਨਾ। ਮੈਂ ਤੇ ਤੁਹਾਨੂੰ ਮੈਂ ਕਿਸੇ ਨਾਲ ਮਿੱਤਰਤਾ ਥੋੜੀ ਰੱਖਣਾ ਵਾ, ਮੈਂ ਜਿਹੜਾ ਜਿਹੜਾ ਜਥੇਦਾਰ ਦੇ
ਜਿਵੇਂ ਕਹਿੰਦੇ ਤਖ਼ਤ ਰਾਜਾ ਸੋਭਾ, ਜੇ ਤਖ਼ਤੇ ਲਾਇਕ ਹੋਈ, ਇਹ ਤਖ਼ਤ ਤੇ ਲਾਇਕ ਹੀ ਨਹੀਂ, ਉਹਨਾਂ ਨੇ ਕੋਈ ਤਖ਼ਤ ਵਾਲਾ ਕੰਮ ਹੀ ਨਹੀਂ ਕੀਤਾ, ਕੌਮ ਐਡਾ ਵੱਡਾ ਕੱਢ ਸੀ ਉਹਨਾਂ ਜਥੇਦਾਰ ਬਣਾਇਆ, ਤੇ ਫਿਰ ਉਦੋਂ ਬਾਅਦ ਜਿਹੜਾ ਬਰਗਾੜੀ ਦੇ ਵਿੱਚ ਕੌਮ ਨੇ ਐਡਾ ਵੱਡਾ ਸਾਥ ਦਿੱਤਾ ਹੈ, ਤੇ ਉਹ ਜਿਹੜੇ ਸਰ ਉਹ ਉੱਥੋਂ ਪੈਸਾ ਇਕੱਠਾ ਕਰਕੇ ਤੇ ਆਪਣਾ ਨਿਕਲਦੇ ਬਣੇ, ਤੇ ਅੱਜ ਉਹ ਰੁਲਦੇ ਫਿਰਦੇ ਨਾ, ਜੀ ਕੌਮ ਉਹਨਾਂ ਨੂੰ ਪੁੱਛਦੀ ਵੀ ਨਹੀਂ। ਹਾਂ ਤੇ ਚਲੋ ਹੁਣ ਆਪਾਂ ਮੁੜ ਕੇ ਉੱਥੇ ਆਉਂਦੇ ਕਿ ਜਿਹੜਾ ਢੱਡਰੀਆਂ ਵਾਲੇ ਨੂੰ ਇੱਕ ਜਿੱਦਾਂ ਬਹੁਤ ਵਾਰੀ ਹੁਣ ਆਪਣੀਆਂ ਸਪੀਚਾਂ ਦੇ ਵਿੱਚ ਭਾਈ ਰਣਜੀਤ ਸਿੰਘ ਨੇ ਇਹ ਗੱਲ ਕਹੀ ਆ ਕਿ ਮੈਂ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨੀ ਚਾਹੁੰਦਾ, ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰੋ। ਜਦੋਂ ਹੁਣ 5 ਮੈਂਬਰੀ ਕਮੇਟੀ ਜਿਹੜੇ ਵਿਦਵਾਨ ਆ ਉਹ ਤੇ ਚਲੋ ਉਹਨਾਂ ਨੇ ਸੱਦਿਆ ਹੀ ਸੀ ਵੀ ਆ ਕੇ ਗੱਲ ਕਰੀਏ ਜਿਹੜੀ ਇਤਿਹਾਸ ਦੇ ਵਿੱਚ, ਜਿੱਦਾਂ ਹੁਣ ਆਪਾਂ ਵੀ ਗੱਲ ਹੀ ਕਰ ਰਹੇ ਹਾਂ ਭਾਵੇਂ ਸੋਸ਼ਲ ਮੀਡੀਆ ਤੇ ਕਰ ਰਹੇ ਹਾਂ, ਕਿ ਅਸੀਂ ਗੱਲ ਕਰਨ ਨੂੰ ਵੀ ਤਿਆਰ ਨਹੀਂ, ਕਿਤੇ ਬਹਿਣ ਨੂੰ ਤਿਆਰ ਨਹੀਂ, ਤੇ ਫਿਰ ਅਸੀਂ ਸਾਨੂੰ ਇਹ ਕਿਹਨੇ ਹੱਕ ਦਿੱਤਾ ਵੀ ਅਸੀਂ ਕੌਮ ਦੇ ਵਿੱਚ ਦੁਬਧਾ ਪਾਈ ਜਾਈਏ, ਦੁਬਧਾ ਪਾਈ ਜਾਈਏ। ਵੇਖੋ ਜੀ, ਵਿਚਾਰ ਉਹ ਕਰ ਸਕਦਾ ਜਿਹਦੇ ਪੱਲੇ ਕੁਝ ਹੋਵੇ, ਕਿ ਉਹ ਕੱਲੇ ਜਾਂਦੇ ਹਨ, ਤੇ ਸਿੱਧ ਵੇਖੋ ਕਿੰਨੇ ਕਿੰਨੇ ਕਿਵੇਂ ਤੁਸੀਂ ਸਾਰਾ ਇਤਿਹਾਸ ਪੜ੍ਹਿਆ, ਪਰ ਅੱਜ ਇਹ ਜਿਹੜਾ ਬੰਦਾ ਹੈ ਇਹ ਇਹਦੇ ਪੱਲੇ ਜੇ ਕੁਝ ਹੋਵੇ ਤੇ ਵਿਚਾਰ ਕਰੇ, ਭਾਵੇਂ ਕੋਈ ਵੀ ਬੰਦਾ ਉਹਦੇ ਨਾਲ ਵਿਚਾਰ ਕਰਨੀ ਕੀ ਜੁਰਮ ਹੈ ਕੋਈ ਨਹੀਂ, ਇਹ ਤਾਂ ਉਹ ਕਹਿ ਰਿਹਾ ਵੀ ਕਰਨੀ ਚਾਹੀਦੀ ਹੈ, ਪਰ ਜੇ ਆਪਣੇ ਆਪ ਨੂੰ ਸੱਚਾ ਸਾਫ਼ ਸਾਚਿਆ ਤੇ ਰੱਖੇ ਅੱਗੇ ਜਾ ਕੇ ਉੱਥੇ। ਵੇਖੋ ਜੀ, ਮੈਂ ਤੇ ਤੁਹਾਨੂੰ ਇੱਕ ਗੱਲ ਦੱਸਾਂਗਾ ਭਾਈ ਸਾਹਿਬ ਜੀ, ਵੀ ਜਿਹੜੀ ਅੱਜ ਕੌਮ ਹੈ, ਕੌਮ ਜਿਹੜੀ ਉਹਨੂੰ ਜਾਗਣਾ ਚਾਹੀਦਾ ਹੈ। ਮੈਂ ਤੇ ਬੇਨਤੀ ਇਹ ਕਰਾਂਗਾ ਸਾਰੇ ਸਿੱਖਾਂ ਨੂੰ, ਵੀ ਜਿਸ ਗੁਰੂ ਨੇ ਤੁਹਾਡੇ ਵਾਸਤੇ ਪਰਿਵਾਰ ਵਾਰ ਦਿੱਤਾ, ਜੇ ਆਪਣਾ ਪਿਤਾ ਸ਼ਹੀਦ ਕਰਾ ਦਿੱਤਾ, ਬੱਚਿਆਂ ਨੂੰ ਨੀਹਾਂ ਵਿੱਚ ਚਿਣਵਾਇਆ, ਤੇ ਇੱਕ ਇਤਿਹਾਸ ਦਿੱਤਾ ਵੀ ਸਿੱਖ ਸਿੱਖ ਇਹੋ ਜਿਹਾ ਹੋਵੇਗਾ ਜੇਕਰ ਗੁਰੂ ਸਾਹਿਬ ਆਪਣਾ ਪਰਿਵਾਰ ਬਚਾ ਲੈਂਦੇ ਨਾ, ਤੇ ਫਿਰ ਲੋਕਾਂ ਨੇ ਆਖਣਾ ਵੀ ਅਸੀਂ ਕਿਉਂ ਮਰੀਏ, ਗੁਰੂ ਨੇ ਤੇ ਆਪਣਾ ਪਰਿਵਾਰ, ਪਰ ਗੁਰੂ ਨੇ ਇੱਕ ਕਾਰਕ ਮਿਸਾਲ ਪੈਦਾ ਕੀਤੀ ਹੈ, ਹਾਂਜੀ ਹਾਂਜੀ, ਗੁਰੂ ਅਰਜਨ ਦੇਵ ਜੀ 33 ਤਵੀ ਤੇ ਬੈਠੇ, ਠੀਕ ਆ, ਤੇ ਇਹ ਜਿਹੜੇ ਨੇ ਅੱਜ ਉਸ ਇਤਿਹਾਸ ਨੂੰ ਉਸ ਏਡੇ ਵੱਡੇ ਜਿਹਦੇ ਵਿੱਚ ਕਲਗੀਧਰ ਆਪਣੇ ਗੁਰੂ ਅਰ ਸਿੱਖ ਧਰਮ ਦੇ ਵਿੱਚ ਜਿੱਥੇ ਗੁਰੂਆਂ ਨੇ ਆਪਣਾ ਜਿਹੜਾ ਖੂਨ ਵਹਾਇਆ, ਤੇ ਅੱਜ ਅਸੀਂ ਉਸ ਨੂੰ ਅੱਖਾਂ ਦੇ ਵਿੱਚ ਸਾਹਮਣੇ ਬਹਿ ਕੇ ਸੁਣਨੇ ਆ, ਉਹਦੇ ਬਰਾਬਰ ਦੇ ਅਸੀਂ ਉਹਨਾਂ ਨਾਲੋਂ ਵੱਡੇ ਦੋਸ਼ੀ ਅਸੀਂ ਹਾਂ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਡਾ ਸੇਸ ਕੀਤੇ ਕਿਰਪਾਨ, ਗੁਰੂ ਦੀ ਨਿੰਦਿਆ ਕੋਈ ਸੁਣ ਨਹੀਂ ਸਕਦਾ। ਜੇ ਉਹ ਵੇਖੋ ਉਹ ਵੀ ਸਿੱਖ ਸਨ, ਜਦੋਂ ਗੁਰੂ ਅਰਜਨ ਦੇਵ ਜੀ ਜਿਹੜੀ ਪਾਤਸ਼ਾਹ ਨਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਰਿਸ਼ਤਾ ਸੀ ਚੰਦੂ ਦੀ ਜਿਹੜੀ ਧੀ ਨਾਲ ਨਿਯੁਕਤ ਹੋਇਆ ਸੀ, ਤੇ ਉਹਨੇ ਆਖਿਆ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ, ਉਹਨੇ ਗੁਰੂਆਂ ਨੂੰ ਇੱਕ ਮੋਰੀ ਦੱਸਿਆ ਤੇ ਇੱਕ ਸਾਧ ਦੱਸਿਆ ਸੀ, ਤੇ ਗੁਰੂ ਸਾਹਿਬ ਨੇ ਫਿਰ ਉਹਨਾਂ ਨੇ ਜਦੋਂ ਸਿੱਖਾਂ ਨੇ ਪ੍ਰਵਾਨ ਨਹੀਂ ਕੀਤਾ, ਉਹਨਾਂ ਆਖਿਆ ਵੀ ਅਸੀਂ ਆਪਣੇ ਗੁਰੂ ਦੀ ਤੁਹੀਨ ਨਹੀਂ ਸੁਣ ਸਕਦੇ, ਤੇ ਵੇਖ ਲਓ ਫਿਰ ਗੁਰੂ ਸਾਹਿਬ ਨੇ ਸੰਗਤ ਦਾ ਜਿਹੜਾ ਸੀ ਉਹਨਾਂ ਆਖਿਆ ਜੋ ਕੌਮ ਦਾ ਸਿੱਖਾਂ ਦਾ ਫੈਸਲਾ ਮੈਂ ਉਹ ਮੰਨਿਆ ਜਾਏਗਾ, ਅਸੀਂ ਰਿਸ਼ਤੇ ਨੂੰ ਪ੍ਰਵਾਨ ਨਹੀਂ ਕਰਾਂਗੇ। ਉਹਦੇ ਬਾਅਦ ਉਹਨਾਂ ਨੂੰ ਭਾਵੇਂ ਇਹਦਾ ਸਾਰਾ ਜਿਹੜਾ ਕਾਰਨ ਸੀ ਚੰਦੂ ਜਿਹੜਾ ਸੀ ਉਹ ਸੀ, ਉਹਨੇ ਫਿਰ ਗੁਰੂ ਸਾਹਿਬ ਨੂੰ ਕਿਵੇਂ ਸ਼ਹੀਦ ਕਰਵਾਇਆ 33 ਤਵੀ ਦੇ ਉੱਤੇ। ਹਾਂਜੀ, ਤੇ ਇਹ ਵੇਖੋ ਅੱਜ ਅਸੀਂ ਜਿਹੜੇ ਆ ਸਿੱਖ ਜਿਹੜੇ ਆ ਉਹ ਸਿੱਖ ਸਨ, ਅਸੀਂ ਸਿੱਖ, ਮੈਂ ਇਹਨੂੰ ਆਪਾਂ ਆਪਣੇ ਆਪ ਨੂੰ ਸਿੱਖ ਘਵਾਉਣ ਦੇ ਕਾਬਲ ਨਹੀਂ, ਕਿਉਂਕਿ ਅਸੀਂ ਜਦੋਂ ਸਿੱਖ ਜਿਹੜਾ ਹੁੰਦਾ ਉਹ ਕਦੀ ਵੀ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ, ਪਰ ਮੈਂ ਵੇਖਿਆ ਵੀ ਜਿਹੜੇ ਅਸੀਂ ਆਪਣੇ ਆਪ ਨੂੰ ਬੜੇ ਬੜੇ ਵੱਡੇ ਵੱਡੇ ਸਿੱਖ ਬੜਾ ਬੜੇ ਗੁਰਬਾਣੀ ਵਾਲੇ ਖਵਾਣ ਦੇ ਬਜਾਏ ਹੁੰਦੇ, ਅਸੀਂ ਉਹਦੇ ਸਾਹਮਣੇ ਬਹਿ ਕੇ ਗੱਲਾਂ ਸੁਣੀ ਜਾਂਦੇ ਹਾਂ, ਪਤਾ ਨਹੀਂ ਇਹਨਾਂ ਦਾ ਹਿਰਦਾ ਕਿਵੇਂ ਫਟ ਕੇ ਆਉਣੀ ਜਾਂਦਾ, ਕਲੇਜਾ ਕਿਉਂ ਨਹੀਂ ਫਟ ਜਾਂਦਾ ਗੁਰੂ ਦੀ ਗੱਲ ਸੁਣ ਲੱਗਿਆ, ਨਿੰਦਿਆ ਸੁਣ ਲੱਗਿਆ। ਮੇਰੇ ਤੋਂ ਤੇ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਜੋ ਕੁਝ ਮੈਂ ਸੁਣੀਆਂ ਨੇ, ਤੇ ਅਸੀਂ ਤੇ ਫਰਾਂਸ ਦੇ ਵਿੱਚ ਇਹਨੂੰ ਕਦੀ ਵਾਸਤੇ ਪੈਰ ਨਹੀਂ ਧਰਨ ਦੇਵਾਂਗੇ, ਭਾਵੇਂ ਮੈਂ ਬਸੰਤ ਸਿੰਘ ਪੰਜ ਤੱਕ ਜਿਹੜਾ ਲੜੇਗਾ ਜਿੰਨੀ ਕੁ ਮੇਰੇ ਕੇ ਹਿੰਮਤ ਹੈ, ਪਰ ਮੈਂ ਇੱਕ ਵਾਰ ਫਰਾਂਸ ਵਿੱਚ ਇੱਥੇ ਕਿ ਪ੍ਰੋਗਰਾਮ ਕਰਕੇ ਵਿਖਾਵੇ, ਅਸੀਂ ਇਹਨੂੰ ਪ੍ਰੋਗਰਾਮ ਨਹੀਂ ਕਰ ਦੇਵਾਂਗੇ, ਇਹਦਾ ਡਟ ਕੇ ਵਿਰੋਧ ਕਰਾਂਗੇ, ਤੇ ਨਾ ਹੀ ਸਾਡੀ ਇੱਥੋਂ ਦੀ ਸੰਗਤ ਜਿਹੜੀ ਉਹ ਵੀ ਬੜੀ ਸੂਝਵਾਨ ਹੈ, ਭਾਵੇਂ ਕਿ ਗੁਰਦੁਆਰੇ ਵੱਖਰੇ ਵੱਖਰੇ ਨੇ, ਪਰ ਅਸੀਂ ਇਹੋ ਜਿਹੇ ਪ੍ਰਚਾਰਕ ਨੂੰ ਕਦੀ ਵਾਸਤੇ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਇਕੱਠੇ ਹਾਂ, ਕੋਈ ਵੀ ਇੱਥੇ ਵੜਨ ਨਹੀਂ ਦਿੰਦੇ ਅਸੀਂ,
ਨਾ ਹੀ ਢੱਡਰੀਆਂ ਵਾਲਾ ਇੱਥੇ ਕੋਈ ਦੁਕਾਨ ਲੱਗਾ ਤੇ ਨਾ ਹੀ ਉਹਦਾ ਕੋਈ ਲੱਗਾ। ਅਸੀਂ ਇੱਥੇ ਜਿਹੜਾ ਇਹੋ ਜਿਹਾ ਕੋਈ ਵੀ ਜਿਹੜਾ ਇਹ ਪ੍ਰਚਾਰ ਕੇ ਉਹਨੂੰ ਅਸੀਂ ਆਪਣੇ ਗੁਰੂ ਘਰਾਂ ਚ ਨਹੀਂ ਵੜਨ ਦਿੰਦੇ। ਜਿਹੜਾ ਮਤਲਬ ਕੌਮ ਦੇ ਵਿੱਚ ਜੋ ਪੈਦਾ ਕਰਦਾ ਦੇ ਵਿੱਚ ਕੋਈ ਥਾਂ ਨਹੀਂ। ਹਾਂਜੀ ਜਿਹੜਾ ਵੀ ਵਿਅਕਤੀ ਜਾਂ ਪ੍ਰਚਾਰਕ ਦੁਬਦਾ ਖੜੀ ਕਰਦਾ ਉਹਲੇ ਫਰਾਂਸ ਦੇ ਵਿੱਚ ਕੋਈ ਥਾਂ ਨਹੀਂ। ਨਾ ਜੀ ਨਾ, ਅਸੀਂ ਲਿਖ ਕੇ ਸਾਰਾ ਸਾਰੇ ਗੁਰੂ ਘਰਾਂ ਦੀਆਂ ਮੀਟਾਂ ਕੇ ਅਸੀਂ ਸਾਰਾ ਕੀਤਾ ਵੀ ਜਿਹੜਾ ਪ੍ਰਚਾਰਕ ਜਿਹੜਾ ਇਹੋ ਜਿਹਾ ਜਿਹੜਾ ਤਰਕ ਕਰਦਾ ਹੈ, ਜਿਹੜਾ ਕੌਮ ਦੇ ਵਿੱਚ ਭੰਬਲ ਭੂਸਾ ਖੜਾ ਕਰਦਾ, ਗੁਰੂਆਂ ਦੇ ਉੱਤੇ ਕਿੰਤੂ ਪਰੰਤੂ ਕਰਦਾ, ਅਸੀਂ ਉਹਨੂੰ ਕਦੀ ਵੀ ਜਿਹੜੀ ਅਕਾਲ ਤਖ਼ਤ ਦੀ ਮਰਿਆਦਾ ਸਾਡੇ ਗੁਰੂ ਘਰ ਦੇ ਵਿੱਚ ਗੁਰਾਂ 'ਚ ਲਾਗੂ ਹੈ, ਅਸੀਂ ਜਿਹੜੀ ਉਹਨਾਂ ਨੂੰ ਇੱਥੇ ਸਾਰੀ ਸੰਗਤ ਜਿਹੜੀ ਮੈਂ ਉਹਨਾਂ ਨੂੰ ਇੱਕ ਵਾਰ ਵਧਾਈ ਵੀ ਦੇਣਾ ਪ੍ਰਾਂਤ ਦੀਆਂ ਸੰਗਤਾਂ ਨੂੰ, ਭਾਵੇਂ ਅਸੀਂ ਵੱਖਰੇ ਵੱਖਰੇ ਤੌਰ ਤੇ ਰਹੀ ਹਾਂ ਪਰ ਇਹਨਾਂ ਗੱਲਾਂ ਦੇ ਉੱਤੇ ਸਾਰੇ ਇਕੱਠੇ ਹਾਂ, ਸਾਰਾ ਸਾਡੇ ਵੀ ਸਾਰਿਆਂ 'ਚ ਬੜੀ ਵੱਡੀ ਏਕਤਾ ਹੈ। ਤੇ ਮੈਂ ਹੋਰਾਂ ਮੁਲਕਾਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜਿਹੜਾ ਜਰਮਨ ਦੇ ਵਿੱਚ ਉੱਥੋਂ ਦਿੱਲੀ ਵਾਲਾ ਜਿਹੜਾ ਉਹ ਕਿਹੜਾ ਮੈਨੂੰ ਉਹਦਾ ਨਾਮ ਵਿਸਰ ਗਿਆ, ਬਲਜੀਤ ਸਿੰਘ, ਬਲਜੀਤ ਸਿੰਘ ਉਹਨੂੰ ਸੱਦ ਕੇ ਇਹਨਾਂ ਨੇ ਉੱਥੇ ਜਿਹੜੇ ਦਵਾਏ, ਮੈਂ ਉਹਨਾਂ ਨੂੰ ਆਖਾਂਗਾ ਵੀ ਤੁਸੀਂ ਸਿੱਖ ਮੇਰੇ ਵੀਰੋ ਇਹੋ ਜਿਹਾ ਤੁਸੀਂ ਇਹੋ ਜਿਹੇ ਨਿੰਦਕਾਂ ਨੂੰ, ਗੁਰੂ ਦੋਖੀਆਂ ਨੂੰ ਜਿਹੜੇ ਗੁਰੂ ਇਤਿਹਾਸ ਨੂੰ ਵਿਗਾੜਨ ਤੇ ਲੱਗੇ ਨੇ ਤੇ ਉਹਨਾਂ ਨੂੰ ਤੁਸੀਂ ਸੱਦ ਕੇ ਤੇ ਦੀਵਾਨ ਲਵਾਉਂਦੇ ਹੋ, ਇਹ ਇਹਨਾਂ ਕੋਲੋਂ ਕੀ ਤੁਸੀਂ ਪ੍ਰਚਾਰ ਸਾਹਮਣੇ ਬਹਿ ਕੇ ਆਪਣੇ ਗੁਰੂ ਦੀ ਬੇਇੱਜ਼ਤੀ ਨਿੰਦਿਆ ਕਰਾਉਂਦੇ ਹੋ, ਤੇ ਤੁਸੀਂ ਇਹ ਤੋਂ ਵੀ ਸੁਚੇਤ ਹੋਵੋ। ਹੋਰ ਜਿਹੜੇ ਯੂਰਪ ਵਿੱਚ ਨੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਮੇਰੇ ਵੀਰੋ ਗੁਰੂ ਜਿਹਦੇ ਜਿਹਦਾ ਦਿੱਤਾ ਖਾਣੇ ਆ ਸਭ ਤੇਰਾ ਦਿੱਤਾ ਲਈਏ। ਹਾਂਜੀ ਅਸੀਂ ਉਹਦਾ ਗੁਰੂ ਦਾ ਜਿਹੜਾ ਸਾਰਾ ਕੁਝ ਉਹਦਾ ਦਿੱਤਾ ਖਾ ਰਹੇ ਹਾਂ ਤੇ ਅੱਜ ਅਸੀਂ ਉਹਨਾਂ ਕੋਲ ਉਹਨਾਂ ਦਾ ਸਾਰਾ ਕੁਝ ਸੁਣੀ ਜਾਂਦੇ। ਜਦੋਂ ਬਸੰਤ ਸਿੰਘ ਜੀ ਵਿਅਕਤੀ ਜਾਂ ਰਣਜੀਤ ਸਿੰਘ ਢੱਡਰੀਆਂ ਵਾਲਾ ਇਹ ਕਹਿੰਦਾ ਵੀ ਲੈ ਜਾਓ ਆਪਣਾ ਪੰਥ, ਮੈਨੂੰ ਨਹੀਂ ਚਾਹੀਦਾ ਤੁਹਾਡਾ ਪੰਥ, ਮਤਲਬ ਪੰਥ ਕਹਿੰਦੇ ਕਿਹਨੂੰ ਆ, ਇਹ ਇਹਦਾ ਕਿਹੜਾ ਪੰਥ ਆ ਵੀ? ਮੈਨੂੰ ਤੇ ਸਮਝ ਨੀ ਨਾ ਜੀ। ਅੱਜ ਉਹਨੇ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਵੀ ਸਿੱਖ ਜਿਹੜਾ ਅੱਜ ਦਾ ਹੈ ਨਾ ਇਹ ਆਹਦਾ ਵੀ ਮੈਨੂੰ ਸਿੱਖੀ ਤੇ ਮਿਲ ਜਾਵੇ ਪਰ ਮੈਨੂੰ ਕਰਨਾ ਨਾ ਕੋਈ ਪਵੇ, ਮੈਨੂੰ ਨਿਤਨੇਮ ਨਾ ਕਰਨਾ ਪੈ, ਮੈਨੂੰ ਗੁਰਬਾਣੀ ਨਾ ਪੜ੍ਹਨੀ ਪੈ ਕਿਉਂਕਿ ਸੌਖੇ ਪਾਸੇ ਨੂੰ ਬੰਦਾ ਭਾਈਦਾ ਹੈ। ਇਹ ਉਹ ਜਿਹੜਾ ਉਹ ਆਹਦਾ ਵੀ ਨਾ ਦੇ ਵਾਹਿਗੁਰੂ ਵਾਹਿਗੁਰੂ ਕਰਨ ਦੀ ਮਤਲਬ ਜਦੋਂ ਕਿ ਗੁਰਬਾਣੀ ਵਿੱਚ ਆਉਂਦਾ ਵਾਹਿਗੁਰੂ ਪਰਮੰਤਰ ਹੈ ਜਪ ਹੋਵੇਂ ਖੋਈ, ਤੇ ਉਹ ਆਹਦਾ ਇਹ ਵੀ ਇਹਦਾ ਵੀ ਕੋਈ ਫਾਇਦਾ ਨਹੀਂ, ਗੁਰਬਾਣੀ ਜਿਹੜੀ ਹੈ ਉਹਦਾ ਪੜ੍ਹੀ ਜਾਣੀ ਪੜ੍ਹ ਪੜ੍ਹ ਜਿੰਨੀ ਮਰਜ਼ੀ ਪਾਠ ਕਰੀ ਜਾਵੋ ਤੇ ਫਿਰ ਗੁਰਬਾਣੀ ਜਿਹੜੀ ਹੈ ਫਿਰ ਉਹ ਫਿਰ ਦੱਸੋ ਪਹਿਲਾਂ ਲੋਕੀ ਤੇ ਸੌਖਾ ਰਾਹ ਪਾਲਦੇ ਨੇ, ਅੱਜ ਉਹਦੇ ਸਾਨੂੰ ਅਸੀਂ ਆਪਣੇ ਸਾਡੇ ਨਾਂ ਦੇ ਨਾਲ ਸਿੱਖ ਵੀ ਲੱਗ ਜਾਵੇ ਤੇ ਸਾਨੂੰ ਜਿਹੜਾ ਅਸੀਂ ਰਾਹ ਵੀ ਅਸੀਂ ਸੌਖਾ ਬਣਾ ਲਈਏ। ਅੱਜ ਦਾ ਸਿੱਖ ਦੀ ਹਾਲਾਤ ਆਰ ਪੈਸੇ ਦੇ ਕੇ ਸਿੱਖੀ ਨੂੰ ਖਰੀਦਣਾ ਚਾਹੁੰਦੇ ਆ ਲੋਕ, ਵੇਖੋ ਸਿੱਖੀ ਜਿਹੜੀ ਉਹ ਪੈਸੇ ਨਾਲ ਤੇ ਨਹੀਂ ਖਰੀਦੀ ਜਾਂਦੀ, ਮੈਨੂੰ ਮੈਂ ਆਸ਼ਾਵਾਦੀ ਹਾਂ, ਮੈਂ ਨਿਰਾਸ਼ਾਵਾਦੀ ਨਹੀਂ ਹੈ ਕਿਉਂਕਿ ਜਿਹੜਾ ਸਿੱਖ ਹੈ ਉਹ ਕਦੀ ਵੀ ਨਿਰਾਸ਼ਾਵਾਦੀ ਨਹੀਂ। ਮੈਨੂੰ ਆਪਣੇ ਗੁਰੂ ਤੇ ਬੜਾ ਪੂਰਨ ਭਰੋਸਾ ਹੈ ਭਈ ਇਹ ਜਿਹੜਾ ਆਪਾਂ ਇਹ ਵੇਖੋ ਹਰਨਾਖਸ਼ ਦਾ ਟਾਈਮ ਵੀ ਆਇਆ ਜਿਹਨੇ ਜਦੋਂ ਕਿ ਉਹਨੂੰ ਸਾਰੇ ਵਾਰ ਮਿਲੇ ਸਨ ਤੇ ਉਹ ਵੇਖ ਲਓ ਉਹਨੂੰ ਇਹ ਤਪੋ ਰਾਜ ਤੇ ਰਾਜੋ ਨਰਕ ਇਹ ਜਿਹੜਾ ਟਾਈਮ ਨਹੀਂ ਲੱਗਦਾ, ਪਰਮਾਤਮਾ ਜਿਹੜਾ ਉਹ ਸਾਰਾ ਕੁਝ ਵੇਖਦਾ ਹੈ, ਜੇ ਇਹਨਾਂ ਨੂੰ ਮਾਣ ਬਖਸ਼ ਸਤਿਕਾਰ ਵੀ ਬਖਸ਼ਿਆ ਗੁਰੂ ਨੇ ਤੇ ਹੁਣ ਉਹ ਟਾਈਮ ਵੀ ਆ ਜਾਣਾ ਜਦੋਂ ਉਹ ਜਾਗਰਤੀ ਆ ਜਾਏਗੀ ਕੌਮ ਦੇ ਵਿੱਚ। ਮੈਂ ਹੀ ਬੇਨਤੀ ਚਾਹੀਦੇ ਕੌਮ ਜਾਗੇਗੀ ਕਿਉਂਕਿ ਜਦੋਂ ਬੰਦਾ ਗਲੇ ਨੂੰ ਹੱਥ ਪਾਵੇ ਫਿਰ ਆਪੇ ਹੀ ਬੰਦਾ ਰੋਂਦਾ ਹੈ। ਹੁਣ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈ ਉੱਥੇ ਵੀ ਇਹਨਾਂ ਨੇ ਪਹੁੰਚ ਗਏ ਨੇ, ਪਹਿਲਾਂ ਹੀ ਸਾਨੂੰ ਪਤਾ ਸੀ ਕਿ ਇਹ ਜਿਹੜੀਆਂ ਹੋਰ ਗੱਲਾਂ ਕਰਕੇ ਤੇ ਉਹਦਾ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਣਾ ਹੈ। ਇਹਨਾਂ ਦੇ ਪਿੱਛੇ ਬੜੀਆਂ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ, ਇਹ ਜਿਹੜੇ ਨੇ ਇਹ ਭੁੱਖੇ ਨੇ, ਇਹਨਾਂ ਨੂੰ ਗਨਮੈਨ ਮਿਲੇ ਨੇ ਗਵਰਨਮੈਂਟ ਵੱਲੋਂ, ਇਹਨਾਂ ਨੂੰ ਖੁਦ ਪੈਸਾ ਵੀ ਮਿਲਦਾ ਹੋਏਗਾ, ਇਹ ਵਿਖਾਵੇ ਦੇ ਸਿੱਖ ਬਣੇ ਨੇ, ਸਿੱਖ ਨਹੀਂ ਹੈ ਕਿਉਂਕਿ ਜਦੋਂ ਗੁਰੂ ਸਾਹਿਬ ਦਾ ਆਦਰ ਹੀ ਨਹੀਂ ਹੈਗਾ। ਮੈਨੂੰ ਤੇ ਇਹਨਾਂ ਵੀ ਪਤਾ ਨਹੀਂ ਕਿਉਂ ਇਹਨਾਂ ਦਾ ਸਾਡੇ ਲੋਕਾਂ ਦਾ ਹਿਰਦਾ ਕਿਉਂ ਨਹੀਂ ਫਟ ਗਿਆ, ਕਲਈਆ ਕਿਉਂ ਨਹੀਂ ਫਟ ਗਿਆ ਗੁਰੂ ਸਾਹਿਬ ਦੇ ਬਾਰੇ ਇਹ ਗੱਲ ਸੁਣ ਲੱਗਿਆ, ਜਿਹੜੇ ਵੱਡਾ ਪੰਥ ਸਾਜਿਆ ਤਾਂ ਸਿੱਖ ਧਰਮ ਦਾ ਬਾਨੀ ਜਿਹੜੇ ਹੋਏ ਨੇ।
ਹਾਂਜੀ, ਜਿੱਦਾਂ ਥੋੜੀ ਜਿੱਦਾਂ ਆਪਣੇ ਲੋਕਾਂ ਦੀ, ਜਿੱਦਾਂ ਜਿਹੜੇ ਪ੍ਰਚਾਰਕਾਂ ਦੀ, ਇਹ ਵੀ ਘਾਟ ਆ ਵੀ ਅਸੀਂ ਉਹਦੇ ਲਈ ਬੋਲਦੇ ਨੇ। ਅਸੀਂ ਇਹ ਸਮਝਦੇ ਹਾਂ ਵੀ ਇੱਕ ਦਮਦਮੀ ਟਕਸਾਲ ਦੀ ਤਾਂ ਇਹਨਾਂ ਦੀ ਮਸ਼ੀਨਰੀਆਂ ਦੀ ਲੜਾਈ ਆ, ਪਰ ਦੇਖਣਾ ਸਾਨੂੰ ਇਹ ਪਊਗਾ ਅਸੀਂ ਜਿੱਥੇ ਮਰਜ਼ੀ ਸਹਿਮਤ ਹੋਈਏ, ਜਿੰਨਾ ਮਰਜ਼ੀ ਜੁੜੀਏ, ਪਰ ਜਿਹੜਾ ਬੰਦਾ ਵੀ ਇਤਿਹਾਸ ਵਿਗਾੜਦਾ ਕੋਈ ਵੀ ਆ, ਉਹਦੇ ਖਿਲਾਫ਼ ਖੜਨਾ ਪਊ। ਵੇਖੋ ਭਾਈ ਰਘਵੀਰ ਸਿੰਘ ਜੀ, ਮੇਰੇ ਤੋਂ ਤੁਸੀਂ ਬਹੁਤ ਵੱਡੇ ਹੋ, ਉਹ ਇੱਕ ਸੰਸਥਾ ਮੇਰੀ, ਉਹਦੇ ਨਾਲ ਜੋ ਮਰਜ਼ੀ ਇਹਦੀ ਆਪਣੀ, ਪਰ ਇਹ ਤੇ ਨਹੀਂ ਵੀ ਮੇਰਾ ਇੱਕ ਗੁਰਦੁਆਰੇ ਦੇ ਜਾਂ ਕਿਸੇ ਬੰਦੇ ਨਾਲ ਮੇਰੀ ਦੁਸ਼ਮਣੀ ਹੈ ਤੇ ਮੈਂ ਉਹਦੇ ਕਰਕੇ ਮੈਂ ਗੁਰਦੁਆਰਾ ਜਾਣਾ ਛੱਡ ਦੇਵਾਂ ਤੇ ਮੈਂ ਗੁਰਬਾਣੀ ਪੜ੍ਹਨੀ ਛੱਡ ਦੇਵਾਂ, ਮੈਂ ਕਹਾਂਗਾ ਇਹ ਬੰਦਾ ਤੇ ਇਹਦੇ ਨਾਲ ਤੇ ਮੇਰੀ ਬਣਦੀ ਨਹੀਂ। ਹੋ ਸਕਦਾ ਮੈਨੂੰ ਮਹਾਰਾਜ ਉਦੋਂ ਕਿੱਡਾ ਕੁ ਵੱਡਾ ਮਾਣ ਸਤਿਕਾਰ ਬਖਸ਼ਦਾ ਹੋਵੇ ਤੇ ਮੈਂ, ਹਰ ਸਿੱਖ ਬਰਾਬਰ ਹੈ ਤੇ ਇਹ ਥੋੜਾ ਵੀ ਅਸੀਂ ਜੇ ਕਿਸੇ ਦੂਜੇ ਬੰਦੇ ਨਾਲ ਲੱਗਦੀ ਹੈ, ਹਰ ਬੰਦੇ ਦਾ ਆਪਣਾ ਆਪਣਾ ਨਿਸ਼ਚਾ ਹੈ ਤੇ ਉਹ ਅਸੀਂ ਆਪਣੀ ਗੱਲ ਕਰਨੀ ਚਾਹੀਦੀ ਹੈ, ਅਸੀਂ ਤੇ ਘੱਟੋ ਘੱਟ ਆਪਣੇ ਹਿਰਦੇ ਤੋਂ ਤਾਂ ਅਸੀਂ ਅੱਗੇ ਵਧੀਏ, ਸਗੋਂ ਅਸੀਂ ਹੋਰ ਚੰਗਾ ਪ੍ਰਚਾਰ ਕਰੀਏ, ਅਸੀਂ ਗੁਰੂ ਦੀ ਗੱਲ ਕਰੀਏ, ਨਾ ਕਿ ਅਸੀਂ ਕੌਮ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਦੁਬਿਧਾ ਖੜੀਆਂ ਕਰਕੇ ਆਪਣੇ ਅੰਦਰੋਂ ਨਾ ਕੋਈ ਸਾਡੇ ਪੱਲੇ ਤੇ ਅਸੀਂ ਗੱਲਾਂ ਕਰੀਏ ਵੀ ਇਹ ਵੀ ਆਹ ਵੇਖੋ ਜੀ ਮੇਰੇ ਮਨ 'ਚ ਦਿਆ, ਮੈਨੂੰ ਤਾਂ ਤਰਕ ਆਉਂਦਾ ਹੈ, ਮੈਂ ਕੌਣ ਹੈ ਗੱਲਾਂ ਕਰਨ ਵਾਲਾ। ਵੇਖੋ ਮੇਰੀ ਗੱਲ ਸੁਣੋ ਵੀ ਮੈਂ ਜਦੋਂ ਗੁਰਬਾਣੀ ਵਿੱਚ ਆਉਂਦਾ ਵੀ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ, ਫਿਰ ਗੁਰਬਾਣੀ ਤਾਂ ਸਾਰੀ ਮੇਰੇ ਵਿੱਚ ਝੂਠੀ ਫਿਰ ਹੋ ਗਈ। ਇਹਨਾਂ ਦੇ ਜਿਹੜਾ ਇਹ ਗੁਰੂ ਸਾਹਿਬ ਦੇ ਜੋਤੀ ਜੋਤ, ਗੁਰੂ ਦੇ ਹਰ ਟਾਈਮ ਜਾਗਦਾ। ਠੀਕ ਹੈ ਬਸੰਤ ਸਿੰਘ ਜੀ, ਜਿੱਦਾਂ ਹੁਣ ਪੋਹ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਆਪਾਂ ਇਹ ਵੀ ਮੰਨਦੇ ਹਾਂ ਕਿ ਸਾਡੇ ਇਹ ਜਿਹੜਾ ਪੋਹ ਦਾ ਮਹੀਨਾ ਸ਼ਹੀਦੀਆਂ ਦਾ, ਗੁਰੂ ਮਹਾਰਾਜ ਦਾ, 10ਵੇਂ ਪਾਤਸ਼ਾਹ ਦਾ, 4 ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਦਾ, ਚਮਕੌਰ ਦਾ ਸਾਕਾ, ਸਰਹੰਦ ਦਾ ਸਾਕਾ, ਇਹ ਸਾਡਾ ਇਤਿਹਾਸ ਆ। ਇਹ ਲੋਕ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਇੱਦਾਂ ਦੇ ਪ੍ਰਚਾਰਕ ਆ ਜਿਹੜੇ ਕਹਿੰਦੇ ਅਸੀਂ ਇਤਿਹਾਸ ਨੂੰ ਮੰਨਦੇ ਨਹੀਂ, ਇਹ ਕੀ ਸੁਣਾਉਣਗੇ ਫਿਰ? ਵੇਖੋ ਜੀ ਇਹਨਾਂ ਕੋਲ ਹੈ ਇਹ, ਮੈਨੂੰ ਸਮਝ ਨਹੀਂ ਫਿਰ ਤੁਸੀਂ ਇਹਨਾਂ ਨੂੰ ਫਿਰ ਪ੍ਰਚਾਰਕ ਕਹੀ ਜਾ ਰਹੇ ਹੋ, ਇਹ ਤੇ ਕੌਮ ਦੇ ਦੁਸ਼ਮਣ ਪ੍ਰਚਾਰਕ ਨਹੀਂ ਹੋ ਸਕਦੇ। ਮੈਂ ਇਹਨਾਂ ਨੂੰ ਕਦੀ ਪ੍ਰਚਾਰ, ਪ੍ਰਚਾਰਕ ਹੁੰਦਾ ਜਿਹੜਾ ਪ੍ਰਚਾਰ ਕਰੇ, ਸ਼ਬਦ ਦਾ ਪ੍ਰਚਾਰ ਕਰੇ, ਸ਼ਬਦ ਗੁਰੂ ਦਾ ਪ੍ਰਚਾਰ ਕਰੇ। ਇਹ ਨਹੀਂ ਵੀ ਜਿਹੜੀ ਜਿਹੜੇ ਗੁਰੂ ਦੇ ਜਿਹੜੇ ਜਿਹੜੇ ਉਹਨਾਂ ਦੇ ਇਤਿਹਾਸ ਹੈ, ਜਿਹੜੇ ਉਹਨਾਂ ਦੇ ਕਾਲ, ਉਹਨਾਂ ਦੇ ਉੱਤੇ ਅਸੀਂ ਕਿੰਤੂ ਪਰੰਤੂ ਕਰੀ ਆਈਏ। ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਇਹ ਢੱਡਰੀਆਂ ਵਾਲਾ, ਇਹ ਉੱਥੇ ਨਾਗਣੀ ਮਾਰਨ ਗਿਆ ਸੀ, ਉਹਦਾ ਪਿਓ ਮੈਨੂੰ ਉੱਥੇ ਨਾਗਣੀ ਮਾਰਨ ਗਿਆ ਸੀ, ਕੋਲ ਖਲੋਤਾ ਸੀ ਜਦੋਂ ਵੱਜੀ ਸੀ ਨਾਗਣੀ। ਮੇਰੀ ਗੱਲ ਸੋ, ਇਹ ਆਦਾ ਵੀ ਅੱਖ ਚ ਵੱਜੀ ਹੋਏਗੀ, ਇਹਨੂੰ ਕੀ ਮਤਲਬ ਆ? ਜੋ ਜੇ ਗੁਰੂ ਸਾਹਿਬ ਜਿਹੜੇ ਨੇ ਉਹ ਸਮਰੱਥ ਗੁਰੂ ਸਤਿਗੁਰ, ਮੇਰਾ ਜੋ ਮਰਜ਼ੀ ਸ਼ਕਤੀ ਦੇ ਕੇ ਜੋ ਮਰਜ਼ੀ ਕਰਾ ਸਕਦੇ ਆ। ਠੀਕ ਆ, ਪਰ ਗੁਰੂ ਸਾਹਿਬ ਨੇ ਕਰਾਮਾਤਾਂ ਤਾਂ ਕਰਕੇ ਨਹੀਂ ਵਿਖਾਈਆਂ ਕਿ ਜਿਹੜੇ ਮੇਰੇ ਸਿੱਖ ਨੇ ਉਹ ਇਹ ਸੋਚਣਗੇ ਵੀ ਗੁਰੂ ਸਾਹਿਬ ਦੇ ਕਰਾਮਾਤ ਨਾਲ ਆਪਣਾ ਸਹਿਯੋਗ ਕਰਦੇ, ਪਰ ਸਾਡੇ ਕੋਲ ਕਿਹੜੀ ਕਰਾਮਾਤ ਹੈ, ਸਾਡੇ ਕੋਲ ਕੀ ਕਰੀ? ਉਹਨਾਂ ਨੇ, ਗੁਰੂ ਸਾਹਿਬ ਨੇ ਤਾਂ ਆਪਣੀ ਜਿਹੜੀਆਂ ਸ਼ਹਾਦਤਾਂ ਦਿੱਤੀਆਂ, ਉਹ ਕਰ ਸਭ ਕੁਝ ਸਕਦੇ ਸਨ, ਠੀਕ ਆ, ਤੇ ਉਹਨਾਂ ਨੇ ਪ੍ਰੈਕਟੀਕਲੀ ਕੀਤਾ ਹੈ, ਤੇ ਜਾਂ ਤੇ ਹੁਣ ਢੱਡਰੀਆਂ ਵਾਲਾ ਵੀ ਪ੍ਰੈਕਟੀਕਲੀ ਇਹ ਵੀ ਕਰਕੇ ਵਿਖਾਣ ਕੁਝ। ਹਾਂ ਹੁਣ ਕੌਮ ਕਿੰਨੀ ਦੁਬਿਧਾ ਦੇ ਵਿੱਚ, ਕੌਮ ਨੂੰ ਕਿੰਨੇ ਮਸਲੇ ਆ, ਕਿੰਨੀਆਂ ਗੱਲਾਂ ਆ, ਇਹ ਆਪ ਕਹਦੇ ਨੀ ਕੋਈ ਕੁਛ ਕਰਕੇ, ਜੇ ਕੁਦਰਤ ਹੀ ਆ, ਕੁਦਰਤ ਨੂੰ ਇਹ ਆਪ ਵਿਅਕਤੀ ਆਪ ਕਰ ਸਕਦਾ ਤੇ ਵਿਅਕਤੀ ਤੌਰ ਤੇ ਕਰਕੇ ਦਿਖਾ ਦੇਣ ਲੋਕਾਂ ਨੂੰ। ਵੇਖੋ ਜੀ ਮੈਂ ਤੁਹਾਨੂੰ ਹੋਰ ਗੱਲ ਸੁਣਾਵਾਂ, ਮੈਨੂੰ ਗੱਲਾਂ ਚੋਂ ਗੱਲ ਆ ਗਈ, ਮੈਂ ਇੱਕ ਘਰ ਚ ਬੈਠਾ ਸਾਂ ਸਮਾਣੇ, ਇਹਦਾ ਘਰ ਉੱਥੇ ਬੈਠਾ ਮੈਂ ਗੱਲ ਹੋਰ ਕਰ, ਮੈਂ ਕੁਦਰਤੀ ਗੱਲ ਛੇੜ ਦਿੱਤੀ, ਮੈਂ ਕਿਹਾ ਵੇਖੋ ਕਹਿੰਦਾ ਵੀ ਆਹ ਘਰ ਇੱਥੇ ਰਹਿੰਦੇ ਨੇ ਉਹ, ਤੇ ਮੈਂ ਉਹ ਵਿਚਾਰਾ ਰੋ ਪਿਆ ਬੰਦਾ, ਆਂਦਾ ਮੇਰੀ ਘਰ ਦੀ, ਆਂਦਾ ਉਹਦਾ ਦਿਮਾਗ, ਆਂਦਾ ਗੱਲ ਹੌਲੀ ਕਰੋ, ਉੱਚੀ ਗੱਲ ਨਾ ਕਰੋ, ਆਂਦਾ ਇਹਨੇ ਇਹ ਸਭ ਚੇਲੇ ਉਹਦੇ ਮਗਰ ਦਿਮਾਗ ਵਾਸ਼ ਕੀਤਾ ਲੱਗੇ ਪਏ ਨੇ। ਅੱਛਾ, ਉਹ ਵਿਚਾਰਾ ਏਡਾ ਦੁਖੀ ਸੀ ਬੰਦਾ ਜਿਹੜਾ, ਉਹ ਆਂਦਾ ਵੀ ਮੇਰੀ ਘਰ ਦੀ ਨੀ ਮੰਨਦੀ, ਉਹਦੇ ਮਗਰ ਲੱਗੇ ਨੇ, ਲੋਕਾਂ ਦੇ ਤੇ ਇਹੋ ਜਿਹੇ ਹਾਲਾਤ ਹੋਏ ਪਏ ਨੇ ਅੱਜ। ਨਹੀਂ ਮਤਲਬ ਉਹ ਉਹਨਾਂ ਨੇ ਕਨਵਿੰਸ ਕੀਤੇ ਆ ਜਾਂ ਕੋਈ ਗੱਲ ਕਹੀ ਆ, ਕਿਉਂ ਮਤਲਬ ਮਗਰ ਕਿਉਂ ਲੱਗਦੇ ਲੋਕ? ਪਤਾ ਨਹੀਂ
ਲੋਕੀ ਜਿਹੜੇ ਨੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਭੇਡ ਚਾਲ ਹੀ ਹੋਈ ਹੈ, ਕਿਉਂਕਿ ਗੁਰਬਾਣੀ ਖੁਦ ਤੇ ਪੜ੍ਹਨੀ ਨਹੀਂ। ਜੇ ਠੀਕ ਅਸੀਂ ਜਦੋਂ ਅਸੀਂ ਖੁਦ ਗੁਰਬਾਣੀ ਪੜ੍ਹ ਕੇ ਤੇ ਗੁਰਬਾਣੀ ਦੇ ਉੱਤੇ ਵਿਚਾਰ ਨਹੀਂ ਕਰਨੀ, ਤੇ ਫਿਰ ਅਸੀਂ ਕਿਸੇ ਦਾ ਸੁਣਿਆ ਸੁਣਿਆ ਮੰਨ ਕੇ ਤੇ ਫਿਰ ਉਧਰ ਹੀ ਭੇਡ ਚਾਲ ਹੀ ਹੋ ਗਈ ਫਿਰ। ਇਹ ਵੀ ਬੜਾ ਤਰਕ ਕਰਦੇ ਆ ਕਿ ਬਾਬੇ ਪੈਸੇ ਲੈਂਦੇ ਆ, ਖੰਡ ਪਾਠਾਂ ਦੇ ਲੈਂਦੇ ਆ, ਆਹ ਕਰਦੇ ਆ, ਇਹ ਜਿੰਨਾ ਵੀ ਜੋ ਕਰਦੇ ਆ ਮੁਫਤ ਕਰਦੇ ਆ। ਸਮਾਣੇ ਚ ਦੀਵਾਨ ਲੱਗੇ ਸਨ ਤੇ ਜਿਹੜਾ ਚੜਾਵਾ ਹੋਇਆ ਸੀ 1 ਲੱਖ ਰੁਪਇਆ ਘੱਟ ਗਿਆ ਸੀ, ਇਹ ਜਿਹੜਾ ਉਹਨਾਂ ਸੌਦਾ ਦੇ ਨਾਲ ਕੀਤਾ ਸੀ, ਫਿਰ ਉਹਨਾਂ ਕੋਲੋਂ ਲਾ ਪਾ ਕੇ ਪੈਸੇ ਤੈਨੂੰ ਪੂਰੇ ਕਰਕੇ ਦਿੱਤੇ ਨੇ। ਅੱਛਾ, ਨਾ ਜਾਣੀ ਇਹ ਵੀ ਮੁਫਤ ਨਹੀਂ ਕਰਦੇ, ਇਹ ਵੀ ਲੈਂਦੇ ਆ ਲਿਫਾਫਾ। ਮੈਂ ਤੁਹਾਡੀ ਜਾ ਕੇ ਉੱਥੋਂ ਉਹਨਾਂ ਲੋਕਾਂ ਨਾਲ ਗੱਲ ਕਰਾ ਦਿਆਂਗਾ, ਇਹ ਕਿਹੜੀ ਗੱਲ ਹੈ। ਠੀਕ ਆ, ਤੇ ਬਸੰਤ ਸਿੰਘ ਜੀ ਜਿੱਦਾਂ ਹੁਣ ਦੇਖੋ ਆਪ ਜੀ ਬਾਬੇ, ਮੇਰੀ ਗੱਲ ਸੁਣੋ ਵੀ ਬਾਬੇ ਪੈਸੇ ਲੈਣ ਜਾਂ ਨਾ ਲੈਣ, ਹਾਂ ਸਾਨੂੰ ਤੇ ਆਪਣੀ ਗੱਲ ਕਰਨੀ ਚਾਹੀਦੀ ਵੀ ਮੈਂ ਕੀ ਕਰ ਰਿਹਾ ਹਾਂ, ਠੀਕ ਆ, ਸਾਨੂੰ ਤੇ ਆਪਣੀ ਗੱਲ ਕਰਨੀ ਚਾਹੀਦੀ ਹੈ ਨਾ। ਅਸੀਂ ਕਿਸੇ ਦੀ ਵਿਰੋਧਤਾ ਹਾਂ ਕਰੀਏ ਹੀ ਤੇ ਉਹ ਕੌਮ ਦੇ ਵਿੱਚ ਜਿਹੜੀ ਵਿਰੋਧਤਾ ਵੀ ਕਰੀਏ, ਦੁਬਿਧਾ ਵੀ ਖੜੀ ਕਰੀਏ, ਜਿਹੜੇ ਗੁਰੂ ਉਹਦੇ ਬਾਬਿਆਂ ਦੀ ਗੱਲ ਤੇ ਛੱਡੋ, ਹੁਣ ਗੁਰੂਆਂ ਦੇ ਉੱਤੇ ਗੱਲ ਹੋ ਗਈ, ਹਾਂ ਠੀਕ ਆ, ਚਲੋ ਬਾਬਿਆਂ ਦੀ ਤੇ ਚਲੋ ਠੀਕ ਹੈ, ਮੰਨਾਂਗੇ ਵੀ ਕੋਈ ਲੱਗਦਾ ਹੋਵੇਗਾ ਕੋਈ ਨਹੀਂ ਮੰਨਦਾ, ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਠੀਕ ਹੈ, ਵੀ ਕਿਰਤ ਕਰਨਾ ਧਰਮ ਦੇ ਵਿੱਚ, ਗੁਰੂ ਸਾਹਿਬ ਨੇ ਆਪ ਕਿਰਤ ਕਰਨੀ ਸਿਖਾਈ ਹੈ ਹਾਂ ਹਾਂ ਤੇ ਕਿਰਤ ਕਰਨੀ ਚਾਹੀਦੀ ਹੈ। ਬਾਬੇ ਜਿਹੜੇ ਵੇਲ ਮੈਂ ਉਹਦਾ ਤਾਂ ਮੈਂ ਵੀ ਨਹੀਂ ਆਉਂਦਾ ਵੀ ਤੁਸੀਂ ਚੋਲੇ ਪਾ ਕੇ ਤੇ ਲੋਕਾਂ ਕੋਲ ਪੈਸਾ ਖਾਈ ਜਾਓ ਤੇ ਵੇਖੋ ਤੁਸੀਂ ਕਿੰਨੇ ਕਿੰਨੇ ਵੇਖੇ ਉਹਨਾਂ ਦੇ ਨਿਕਲੇ ਨੇ ਬਾਹਰ ਨੂੰ, ਜੇ ਅਸੀਂ ਕੰਮ ਕਰਨੇ ਪਰ ਉਹਨਾਂ ਨਾਲ ਅਸੀਂ ਆਮ ਇਨਸਾਨ ਚੰਗੇ ਆ, ਪਰ ਠੀਕ ਹੈ, ਮਸਲਾ ਤੇ ਇਸ ਗੱਲ ਦਾ ਵੀ ਅਸੀਂ ਕੀ ਕਰ ਰਹੇ ਹਾਂ, ਇਹ ਕੀ ਕਰ ਰਹੇ ਨੇ। ਹਾਂ ਇਹ ਤੇ ਹੁਣ ਗੁਰੂਆਂ ਦੇ ਪਹੁੰਚ ਗਿਆ ਵੀ ਗੁਰੂ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਵਿਗਾੜੀ ਜਾਂਦੇ ਆ। ਉਹਨਾਂ ਚਿਰ ਤੇ ਸੁਣੀ ਹੈ ਵੀ ਠੀਕ ਹੈ ਬਾਬਿਆਂ ਦੇ ਖਿਲਾਫ਼ ਬੋਲਦਾ, ਪਰ ਅੱਜ ਤੁਹਾਡੇ ਗੁਰੂ ਦੇ ਖਿਲਾਫ਼ ਬੋਲਦਾ, ਗੁਰੂ ਸਾਹਿਬ ਦੇ ਉੱਤੇ ਏਡਾ ਵੱਡਾ ਇਹਨੇ ਗੱਲ ਕਰ ਦਿੱਤੀ ਹੈ ਤੇ ਫਿਰ ਕਿਡਨੈਪ ਕੀਤਾ ਜਾਂ ਗੁਰੂ ਨੂੰ ਕੋਈ ਲੈ ਗਿਆ ਜੀ, ਉਹਨਾਂ ਕਤਲ ਕਰ ਦਿੱਤਾ ਹੋਏਗਾ, ਇਹਨੂੰ ਇਹ ਗੱਲਾਂ ਕਰਨ ਦਾ ਮਤਲਬ ਕੀ ਬਣਦਾ ਸੀ? ਮੈਨੂੰ ਤੇ ਇਹ ਗੱਲਾਂ ਦਾ ਨਹੀਂ, ਇਹ ਵੀ ਜੇ ਹੁਣੇ ਆਖੇਗਾ ਇਹਨੂੰ ਸੱਦੋ, ਇਹ ਆਖੇਗਾ ਵੀ ਇਹਦੇ ਹੁਣੇ ਨੇ, ਮੈਂ ਤਾਂ ਜੀ ਮੈਨੂੰ ਜਥੇਦਾਰ ਜੀ ਤੁਸੀਂ ਦੱਸ ਦਿਓ, ਤੁਸੀਂ ਸਾਨੂੰ ਕਥਾ ਸੁਣਾਓ, ਇਹਨੂੰ ਬੰਦਾ ਪੁੱਛੇ ਜੇ ਤੈਨੂੰ ਕੁਝ ਪਤਾ ਹੀ ਨਹੀਂ ਕਿਸੇ ਗੱਲ ਦਾ, ਤੂੰ ਇਤਿਹਾਸ ਕਿਤੇ ਸੰਥੇ ਨਹੀਂ ਕੀਤੀ, ਗੁਰਬਾਣੀ ਦੀ ਕੁਝ ਵੇਖਿਆ ਨਹੀਂ ਤੇਰੇ ਅੰਦਰ ਪੱਲੇ ਨਹੀਂ, ਵੀ ਤੂੰ ਪ੍ਰਚਾਰਕ ਕਿਵੇਂ ਬਣ ਗਿਆ? ਹਾਂ ਠੀਕ ਹੈ, ਇਹ ਦੱਸੋ ਵੀ ਆਪਾਂ ਚਲੋ ਪਹਿਲੇ ਨੰਬਰ ਤੇ ਬੰਦੇ ਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਦੀ ਵਿਚਾਰ ਸੁਕਰਨੀ ਚਾਹੀਦੀ ਹੈ, ਫਿਰ ਅੱਗੇ ਪ੍ਰਚਾਰਕ, ਕੋਈ ਛੋਟੀ ਜੀ ਗੱਲ ਨਹੀਂ ਹੁੰਦੀ, ਇਹਦੇ ਬੜੀ ਵੱਡੀ ਲੰਮਾ ਸਫ਼ਰ ਹੈ, ਪਰ ਇਹ ਉੱਠ ਕੇ ਕਹਿੰਦਾ ਛੋਕਰਾ ਜਿਹੜਾ ਇਹ ਪ੍ਰਚਾਰ ਚਾਰ ਸ਼ਬਦ ਅੰਗਰੇਜ਼ੀ ਮਾਰ ਲੈਂਦਾ ਨਾਲ, ਜਿੱਥੇ ਇਹਨੂੰ ਪਤਾ ਮੈਨੂੰ ਗੱਲ ਨਹੀਂ ਆਉਂਦੀ ਉੱਥੇ ਇੰਗਲਿਸ਼ ਬੋਲਣ ਲੱਗ ਜਾਂਦਾ। ਠੀਕ ਹੈ, ਤੇ ਆਪਣੇ ਬਸੰਤ ਸਿੰਘ ਜੀ ਜਿੱਦਾਂ ਆਖਰ ਦੇ ਵਿੱਚ ਜਿਹੜੀਆਂ ਸੰਗਤਾਂ ਆ ਉਹਨਾਂ ਨੂੰ ਤੇ ਜਿੱਦਾਂ ਆਪਾਂ ਨੂੰ ਇਹ ਵੀ ਪਤਾ ਵੀ ਅਕਾਲ ਤਖ਼ਤ ਸਾਹਿਬ ਤੇ ਮਸਲਾ ਪਹੁੰਚਿਆ ਹੋਇਆ, ਬੇਸ਼ੱਕ ਉੱਥੇ ਕੋਈ ਵੀ ਹੋਵੇ ਫੇਰ ਵੀ ਉਹ ਸਰਬ ਉੱਚਾ, ਸਾਡੇ ਲਈ ਸਰਬ ਉੱਚਾ ਸਥਾਨ ਆ ਤੇ ਸਰਬ ਉੱਚ ਸੰਸਥਾ ਆ, ਕਿੱਦਾਂ ਦਾ ਫੈਸਲਾ ਹੋਣਾ ਚਾਹੀਦਾ, ਕੀ ਕਰਨਾ ਚਾਹੀਦਾ ਇਹਨਾਂ ਦੇ ਬਾਰੇ? ਵੇਖੋ ਜੀ ਜੇ ਅਕਾਲ ਤਖ਼ਤ ਨੂੰ ਤੇ ਉਹ ਨਹੀਂ ਮੰਨਦਾ ਕੁਛ ਵੀ, ਮੇਰੀ ਗੱਲ ਸੁਣੋ, ਠੀਕ ਆ, ਜੇ ਕਮੇਟੀ ਉਹਦੇ ਉੱਤੇ ਵੀ ਉਹਨੇ ਗੱਲਾਂ ਕਰਦੀ ਵੀ ਵਿਦਵਾਨ ਫਲਾਣਾ ਉਹ ਤੇ ਫਲਾਣਾ ਹੈ ਤੇ ਫਲਾਣਾ ਹੈ, ਹਾਂ ਤੇ ਹੋਰ ਬੜੇ ਚੰਗੇ ਚੰਗੇ ਗੁਰਸਿੱਖ ਪਏ ਨੇ, ਬੜੇ ਬੜੇ ਗੁਰਬਾਣੀ, ਬੜੇ ਵੱਡੇ ਵੱਡੇ ਗੁਰੂ ਪਹੁੰਚੇ ਸ਼ਖਸੀਅਤ ਨੇ, ਹੋਰਾਂ ਨੂੰ ਆਪਣੇ ਤੌਰ ਤੇ ਗੱਲ ਕਰ ਲੈਣੀ ਚਾਹੀਦੀ ਹੈ। ਮੈਂ ਨਾ ਤੁਹਾਡੇ ਇੰਗਲੈਂਡ ਵਿੱਚ ਵੀ ਬਹੁਤ ਚੰਗੇ ਚੰਗੇ ਨਾਮ ਦੇ ਅਸੀਂ ਇਹਦੇ ਗੁਰਬਾਣੀ ਦੇ ਧਾਰਨੀ ਨੇ ਪੰਜਾਬ ਵਿੱਚ ਨੇ, ਹੋਰ ਕੰਮ ਹੋਰਾਂ ਨਾਲ ਗੱਲ ਕਰਕੇ ਵੇ ਦੱਸੇ ਮੈਂ ਇਹਨਾਂ ਨਾਲ ਗੱਲ ਕਰ ਕਿਹੜੇ ਨਾਲ, ਮੈਂ ਇਹਨਾਂ ਨਾਲ ਨਹੀਂ ਹੋਰਾਂ ਨਾਲ ਗੱਲ ਕਰਨੀ ਚਾਹੁੰਦਾ, ਪਰ ਉਹਦਾ ਮੈਂ ਗੱਲ ਹੀ ਨਹੀਂ ਕਰਨੀ, ਮੈਂ ਤੇ ਰਹਿਣਾ ਖੁਦ ਮੁਖਤਿਆਰ ਬਣਨਾ, ਗੱਲ ਤੇ ਉਹ ਕਰਨੀ ਨਹੀਂ ਚਾਹੁੰਦਾ, ਕਰਨੀ ਨਹੀਂ ਚਾਹੁੰਦਾ, ਠੀਕ ਆ, ਤੇ ਗੁਰੂ ਸਾਡੇ ਜਿਹੜੇ ਨੇ ਉਹ ਵਿਚਾਰ ਕਰ ਸਕਦੇ ਨੇ, ਤੇ ਇਹ ਕਿਉਂ ਨਹੀਂ ਵਿਚਾਰ ਕਰਦਾ ਫਿਰ, ਇਹ ਜੇ ਗੁਰੂਆਂ ਦੇ ਮਾਰਗ ਤੇ ਆਉਂਦਾ ਮੈਂ ਉਹਨਾਂ ਨੂੰ ਆਪਣੇ ਨਾਲ ਲਾਉਂਦਾ ਤੇ ਫਿਰ ਇਹ ਕਿਉਂ ਨਹੀਂ ਕਰਦਾ? ਇਹ ਦੇ ਆਉਂਦਾ ਵੀ ਧੁਰ ਕੀ ਬਾਣੀ, ਮੇਰੇ ਸਾਡੇ ਅੰਦਰ ਵੀ ਧੁਰੋ ਬਾਣੀ ਆਏਗੀ, ਤੇ ਫਿਰ ਇਹ ਜੇ ਗੁਰੂ ਆਈ ਹੈ ਨਾ, ਜਦੋਂ ਗੁਰੂਆਂ ਦੇ ਬਰਾਬਰ ਵੀ ਹੈ ਤੇ ਫਿਰ ਵਿਚਾਰ ਕਰ ਲੈ।
ਕਿਸੇ ਨਾ ਕਿਸੇ ਤਰ੍ਹਾਂ ਮਤਲਬ ਆਪਣੇ ਆਪ ਨੂੰ ਵੀ ਉਹ ਬਰਾਬਰਤਾ ਕਰੀ ਜਾਂਦੇ, ਜਿੱਦਾਂ ਸਿਰਸੇ ਵਾਲਾ ਕਰਦਾ, ਰਾਧਾ ਸਵਾਮੀ ਕਰਦੇ ਜਾਂ ਹੋਰ ਕਰਦੇ, ਉਹ ਜਿਹੀਆਂ ਗੱਲਾਂ ਇਹ ਕਰੀ ਜਾਂਦਾ, ਤੇ ਇਹ ਵੀ ਆਪਣਾ ਕੋਈ ਵੱਖਰਾ ਹੀ ਇਫੈਕਟ ਚਲਾਉਣਾ ਚਾਹੁੰਦਾ ਹੈ ਜਾਂ ਆਪਣਾ ਵੱਖਰਾ ਪੰਥ ਚਲਾਉਣਾ ਚਾਹੁੰਦਾ ਹੈ। ਇਹ ਤਾਂ ਹੁਣ ਚੱਲਿਆ ਹੀ ਹੈ ਵੀ ਜਿਹੜੇ ਮਗਰ ਦੇ ਲੋਕ ਲੱਗੇ ਨੇ ਉਹ ਕਿੰਨੇ ਕਿੰਨੇ ਵਿਊ ਗਲਤ ਲਿਖਦੇ ਨੇ, ਤੇ ਸਾਰਾ ਜਿਹੜੀ ਅੱਜ ਦੇ ਨੌਜਵਾਨ ਜਿਹੜੇ ਜਿਨ੍ਹਾਂ ਦੇ ਦਿਮਾਗ ਵਾਸ਼ ਕੀਤੇ ਨੇ, ਤੇ ਉਹ ਇਹ ਦੱਸੋ ਵੀ ਇਹ ਸਿੱਖੀ ਭੇਸ ਦੇ ਵਿੱਚ ਆਪਣਾ ਵੱਖਰਾ ਹੀ ਚੱਲਣ ਡਿਆ। ਹੋਰ ਜਦੋਂ ਅਕਾਲ ਤਖ਼ਤ ਨੂੰ ਇਹ ਨੀ ਮੰਨਦਾ, ਗੁਰੂਆਂ ਨੂੰ ਇਹ ਨੀ ਮੰਨਦਾ, ਗੁਰੂ ਇਤਿਹਾਸ ਨੂੰ ਇਹ ਨੀ ਮੰਨਦਾ, ਤੇ ਫਿਰ ਸਿੱਖ ਧਰਮ ਨਾਲ ਇਹਦਾ ਸੰਬੰਧ ਕੀ ਰਹਿ ਗਿਆ ਦੱਸੋ। ਠੀਕ, ਇਹ ਵੀ ਤਾਂ ਵੇਖੋ ਨਾ ਬਸੰਤ ਸਿੰਘ ਜੀ, ਜਿੱਦਾਂ ਆਖਿਰ ਦੇ ਵਿੱਚ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਆਖਿਰ ਦੇ ਵਿੱਚ ਮੈਂ ਕੁਝ ਨਾ ਪੁੱਛਿਆ ਹੋਵੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਮਸਲੇ ਦੇ ਸੰਬੰਧ ਦੇ ਵਿੱਚ ਕਹਿ ਸਕਦੇ ਹੋ? ਮੈਂ ਤੇ ਇਹੀ ਕਵਾਂਗਾ ਵੀ ਇਹ ਜਿਹੜੇ ਗੁਰੂ ਸਾਡੇ ਹੋਏ ਨੇ ਉਹ ਆਪ ਪਰਮਾਤਮਾ ਸੀ, ਆਪ ਪਰਮੇਸ਼ਰ ਸਨ, ਉਹਨਾਂ ਸਾਰਾ ਕੁਝ ਕਰ ਸਕਦੇ ਸਨ। ਉਹਨਾਂ ਨੇ ਪ੍ਰੈਕਟੀਕਲੀ ਤਾਂ ਸਾਰਾ ਕੁਝ ਕੀਤਾ, ਜਿੱਥੇ ਲੋੜ ਪਈ ਉਹਨਾਂ ਨੇ ਉੱਥੇ ਆਪਣੀ ਕਰਾਮਾਤ ਵੀ ਵਿਖਾਈਏ। ਠੀਕ, ਤੇ ਬਹਾਦਰ ਸ਼ਾਹ ਨੇ ਹੀਰਾ ਦਿੱਤਾ ਸੀ ਤੇ ਉਹਨੇ ਇਹਨਾਂ ਨੂੰ ਗੁਰੂ ਸਾਹਿਬ ਨੂੰ ਖਰੀਦਣਾ ਸੀ, ਤੇ ਗੁਰੂ ਸਾਹਿਬ ਨੇ ਉਹਨੂੰ ਵਿਖਾ ਦਿੱਤੇ ਹਨ ਗੋਦਾਵਰੀ ਵਿੱਚ ਹੀਰੇ ਵੀ ਆ ਵੇ ਕਿੰਨੇ ਹੀਰੇ ਫੇਰ ਰੋਲਦੇ ਪਏ। ਠੀਕ ਹੈ, ਤੇ ਫਿਰ ਇਹ ਕੀ ਸੀ ਦੱਸੋ, ਕਰਾਮਾਤ ਨਹੀਂ ਸੀ ਤੇ ਹੋਰ ਕੀ ਸੀ? ਹਾਂ ਇਹ ਦੱਸੋ ਮੈਨੂੰ, ਜੇ ਮੂਲੇ ਖੱਤਰੀ ਦਾ ਜਾ ਕੇ ਉੱਥੇ ਆਧਾਰ ਕੀਤਾ ਤੇ ਉਹ ਕਰਾਮਾਤ ਨਹੀਂ ਸੀ ਹੋਰ ਕੀ ਸੀ? ਠੀਕ ਹੈ, ਜੇ ਗੁਰੂ ਸਾਹਿਬ ਨੇ ਉੱਥੇ ਪੰਜਾ ਲਾ ਕੇ ਤੇ ਪੰਜਾ ਲਾਇਆ ਤੇ ਉੱਥੇ ਜਿਹੜਾ ਸੀ ਉਹ ਬਲੀ ਕੰਧਾਰੀ ਜਿਹੜਾ ਦਾ ਹੰਕਾਰ ਤੋੜਿਆ ਤੇ ਕੀ ਉਹ ਕਰਾਮਾਤ ਨਹੀਂ ਸੀ ਹੋਰ ਕੀ ਸੀ? ਹਾਂਜੀ, ਕੋਟੇ ਰਾਕਸ਼ ਨੂੰ ਸਿੱਧਾ ਕੀਤਾ ਸੱਜਣ ਠੱਗ ਨੂੰ, ਮਤਲਬ ਬਹੁਤ ਕੁਝ। ਜੇ ਗੁਰੂ ਸਾਹਿਬ ਜਿਹੜੇ ਨੇ, ਭਾਈ ਜੋਗਾ ਸਿੰਘ ਜਿਹੜਾ ਉਹ ਉੱਥੇ ਜਾ ਕੇ ਹੁਸ਼ਿਆਰਪੁਰ ਦੇ ਵਿੱਚ ਉੱਥੇ ਜਾ ਕੇ ਹਾਜ਼ਰ ਆਪ ਹੁੰਦੇ ਨੇ, ਉੱਥੇ ਜਾ ਕੇ ਪਹਿਰੇ ਦੇ ਹੁੰਦੇ ਤੇ ਉਹ ਜੇ ਉਹ ਕਰਾਮਾਤ ਨਹੀਂ ਸੀ? ਜੇ ਪੰਜਾਂ ਸਿੰਘਾਂ ਦੇ ਧੜ ਜਿਹੜੇ ਹਨ ਅਲੱਗ ਕਰਕੇ ਤੇ ਫਿਰ ਉਹਨਾਂ ਨੂੰ ਸੁਰਜੀਤ ਕੀਤਾ ਤੇ ਕੀ ਉਹ ਕਰਾਮਾਤ ਨਹੀਂ ਸੀ? ਠੀਕ ਹੈ, ਜੇ 7 ਸਾਲ ਤੇ 9 ਸਾਲ ਦੇ ਬੱਚਿਆਂ ਨੇ ਜਿਹੜੇ ਨੀਹਾਂ ਵਿੱਚ ਚਿਣੇ ਗਾ ਉਹ ਵੀ ਇੱਕ ਕਰਾਮਾਤ ਸੀ। ਠੀਕ ਹੈ, ਸਹੀ ਗੱਲ, ਬਹੁਤ ਵਧੀਆ। ਜੋ ਕੋ ਜਿਹੜੇ ਉਹਨਾਂ ਨੇ ਜਿੰਨਾ 7 ਸਾਲ ਤੇ 9 ਸਾਲ ਦੇ ਬੱਚਿਆਂ ਨੇ ਇਤਿਹਾਸ ਦੱਸਿਆ ਕਿ ਉਹਨਾਂ ਨੂੰ ਉਹ ਕਰਾਮਾਤ ਨਹੀਂ ਸੀ, ਉਹਨਾਂ ਵਿੱਚ ਪਰਮਾਤਮਾ ਆਪਣੀ ਹੀ ਸਾਰਾ ਕੁਝ ਕਰਵਾ ਰਿਹਾ। ਠੀਕ ਹੈ, ਤੇ ਅੱਜ ਸਾਡੀ ਜਿਹੜੀ ਸਥਿਤੀ ਬੜੀ ਹਾਲਤ ਮਾੜੀ ਹੈ। ਮੈਂ ਤੇ ਸਾਰੀ ਕੌਮ ਨੂੰ ਆਖਾਂਗਾ ਵੀ ਜਾਗੋ, ਘੱਟੋ ਘੱਟ ਜਿਹੜੇ ਜਿਹੜਾ ਦਿੱਤਾ ਖਾਂਦੇ ਹੋ ਜਿਹੜੇ ਗੁਰੂ ਦਾ ਉਹਨਾਂ ਦੇ ਉੱਤੇ ਅੱਜ ਤੁਸੀਂ ਇਹ ਗੱਲਾਂ ਸੁਣੀ ਜਾਂਦੇ ਹੋ। ਮੈਂ ਤੇ ਨਹੀਂ ਕਹਿੰਦਾ ਵੀ ਉਹ ਸਿੱਖ ਨਹੀਂ, ਸਿੱਖ ਮੈਂ ਤੇ ਉਹਨੂੰ ਸਿੱਖ ਨਹੀਂ ਮੰਨਦਾ, ਮੈਂ ਉਹਨੂੰ ਭਿੱਖ ਪੇ ਵਿਖਾਵਾ ਤੇ ਕਹਿ ਸਕਦਾ ਵਾਂ ਵੀ ਜਿਹੜਾ ਇੰਨੀਆਂ ਗੱਲਾਂ ਜਿਹੜੀਆਂ ਨੇ ਅਸੀਂ ਉਹ ਸੁਣੀ ਜਾਈਏ ਤੇ ਮੈਨੂੰ, ਮੈਂ ਤੇ ਮੇਰੀ ਤੇ ਜਿਹੜੀ ਆਤਮਾ ਇਜਾਜ਼ਤ ਨਹੀਂ ਦਿੰਦੀ, ਮੇਰੀ ਜ਼ਮੀਰ ਜਿਹੜੀ ਹੈ। ਪਰ ਇੰਗਲੈਂਡ ਦੇ ਵਿੱਚ ਪਤਾ ਨਹੀਂ ਕਿਵੇਂ ਇੰਨਾ ਕੁ ਜਿਹੜੇ ਮੇਰੇ ਆਪਣੇ ਪੰਥਕ ਇੰਨਾ ਵੱਡੇ ਹੋਣ ਦਾ ਦਾਵਾ ਕਰਨ ਵਾਲੇ, ਇਹ ਇਹੋ ਜਿਹੇ ਇੱਕ ਦੁਖੀ ਦੇ ਬੰਦੇ ਨੂੰ ਜਿਹਨੂੰ 12th ਬਹਿ ਕੇ ਹੱਥ ਤੋਂ ਦੀ ਜਾਤ ਜਾਜ ਨਹੀਂ, ਤੇ ਉਹ ਜਿਹੜਾ ਉਹ ਗੱਲਾਂ ਕਰੀ ਜਾਂਦਾ ਤੇ ਉਹ ਪ੍ਰਚਾਰਕ ਬਣਾ ਕੇ ਉਹ ਗੁਰੂ ਘਰਾਂ ਵਿੱਚ ਦੀਵਾਨ ਉਹਦੇ ਲਵਾਉਂਦੇ ਆ, ਮੈਨੂੰ ਤਾਂ ਕੁਛ ਸਮਝ ਨਹੀਂ ਆਉਂਦੀ ਉਹਦੇ ਕੋਲ ਕੀ ਸਿੱਖਣਾ ਚਾਹੁੰਦੇ ਨੇ। ਠੀਕ, ਬਹੁਤ ਬਹੁਤ ਧੰਨਵਾਦ ਜੀ ਬਸੰਤ ਸਿੰਘ ਜੀ, ਤੁਸੀਂ ਸਮਾਂ ਦਿੱਤਾ ਤੇ ਵਾਜੇ ਕੌਮ ਤੇ ਫੇਰ ਵੀ ਜਦੋਂ ਅਸੀਂ ਤੁਹਾਨੂੰ ਯਾਦ ਕਰੀਏ ਜ਼ਰੂਰ ਸਾਨੂੰ ਸਮਾਂ ਦਿਓ। ਇੱਕ ਵਾਰੀ ਫੇਰ ਇਹ ਬੇਨਤੀ ਕਰਨਾ ਵੀ ਭਾਵੇਂ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਝੋਲੀ ਚੁੱਕ ਬਣੇ ਰਹੇ ਉਹ ਬਾਦਲਾਂ ਦੇ ਜਿਹੜੇ ਉਹਨਾਂ ਦੇ ਹੱਥ ਟੋਕੇ ਵੜ ਕੇ ਇੱਕ ਵਾਰ ਅੱਜ ਉਹਨਾਂ ਇਹਦੀ ਜ਼ਿੰਮੇਵਾਰ ਸਾਰੇ ਉਹ ਨੇ। ਕੋਈ ਨੀ, ਆਉਣ ਵਾਲਾ ਸਮਾਂ ਜਿਹੜਾ ਉਹ ਤੁਸੀਂ ਆਪ ਜਾਗੋ ਤੇ ਉੱਥੇ ਚੰਗੇ ਜਿਹੜੇ ਜਥੇਦਾਰ ਨੇ ਉਹਨਾਂ ਦਾ ਸਾਥ ਦਿਓ, ਤੇ ਜਿਹੜੇ ਆਪ ਹੀ ਇਤਿਹਾਸ ਤੋਂ ਵੀ ਹੋਣੇ ਨੇ ਉਹਨਾਂ ਨੇ ਕੀ ਦੱਸਣਾ ਹੈ। ਤੇ ਇਸ ਕਰਕੇ ਤੁਸੀਂ ਇਹ ਨਾ ਸੋਚੋ ਵੀ ਆਪਾਂ ਆਹ ਗੱਲ ਆਪਾਂ ਮੰਨਣੀ ਨਹੀਂ ਹੈਗੀ। ਅਕਾਲ ਤਖ਼ਤ ਤਾਂ 6ਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ, ਆਪਾਂ ਅਕਾਲ ਤਖ਼ਤ ਨੂੰ ਯਾਦ ਕਰਾਈਏ। ਉੱਥੇ ਜਿਹੜੇ ਚੰਗੇ ਚੰਗੇ ਜਥੇਦਾਰ ਕੌਮ ਵਿੱਚ ਬੜੇ ਬੜੇ ਵਧੀਆ ਨੇ, ਪਰ ਆਪਾਂ ਇੱਕ ਇਹ ਨਾ ਮੰਨੀ ਜਾਈਏ। ਕੋਈ ਨੀ, ਜੇ ਕਿਸੇ ਨੇ ਉੱਥੇ ਕੀਤਾ ਵੀ ਉਹਨੂੰ ਵਰਤਿਆ ਵੀ ਤੇ ਉਹਨੂੰ ਸਜ਼ਾ ਵੀ ਮਹਾਰਾਜ ਸੱਚੇ ਪਾਤਸ਼ਾਹ ਦੇਗਾ। ਆਉਣ ਵਾਲਾ ਸਮਾਂ ਜਿਹੜਾ ਉਹ ਸਮਾਂ ਕਦੀ ਕਿਸੇ ਨੂੰ ਮਾਫ਼ ਨਹੀਂ ਕਰਦਾ, ਤੇ ਜਿਹੜਾ ਗੁਰੂ ਉਹ ਸਮਰੱਥ ਹੈ
ਉਹ ਜੇ ਇੰਨਾ ਮਾਣ ਸਨਮਾਨ ਵੀ ਦੇ ਸਕਦਾ ਹੈ ਤੇ ਉਹ ਜਿਹੜਾ ਉਹ ਅਰਸ਼ ਤੋਂ ਫਰਸ਼ ਤੇ ਵੀ ਡੇਗ ਸਕਦਾ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।